ਮਾਤਾ ਜੀਤਾਂ ਜੀ ਦਾ ਬਚਨ ਸੀ, ਮਾਤਾ ਗੁਜਰ ਕੌਰ ਜੀ ਨੇ ਬਚਨ ਕੀਤਾ ਸੀ, ਮੈਂ ਇਹਨਾਂ ਪੋਤਰਿਆਂ ਨੂੰ ਸੰਭਾਲਾਂਗੀ, ਇਹਨਾਂ ਦੀ ਪਰਵਰਿਸ਼ ਕਰਾਂਗੀ, ਸਾਹਿਬਜ਼ਾਦਿਆਂ ਨੂੰ ਛੱਡਿਆ ਨਹੀਂ। ਇੱਕ ਨੇ ਸੱਜੇ ਪਾਸੇ ਉਂਗਲ ਫੜੀ ਹੈ, ਇੱਕ ਖੱਬੇ ਪਾਸੇ, ਦੋਵੇਂ ਸਾਹਿਬਜ਼ਾਦੇ ਤੁਰੇ ਜਾ ਰਹੇ ਸੀ। ਸਾਧ ਸੰਗਤ ਜਦੋਂ ਤੁਰਦੇ ਸੀ, ਚਰਨਾਂ ਦੇ ਵਿੱਚ ਕੰਡੇ ਵੱਜਦੇ ਸੀ, ਕੰਡਿਆਂ ਦੇ ਨਾਲ ਚਰਨਾਂ 'ਚੋਂ ਖੂਨ ਸਿਮਦਾ ਸੀ। ਚੱਲਦਿਆਂ ਚੱਲਦਿਆਂ ਗੰਗੂ ਮਿਲ ਪਿਆ, ਗੰਗੂ ਬ੍ਰਾਹਮਣ, ਉਹ ਕਾਫੀ ਸਮਾਂ ਮਾਰ ਦੇ ਚਰਨਾਂ ਵਿੱਚ ਸੇਵਾ ਕਰਕੇ ਆਇਆ ਸੀ। ਵੇਖਣ ਸਾਰ ਮਾਤਾ ਜੀ ਨੂੰ ਕਹਿੰਦਾ, ਮਾਤਾ ਜੀ ਜੰਗਲਾਂ ਵਿੱਚ ਕਿੱਧਰ ਫਿਰਦੇ ਹੋ? ਮਾਤਾ ਜੀ ਕਹਿਣ ਲੱਗੇ, ਇਸ ਤਰ੍ਹਾਂ ਖਾਲਸੇ ਤੋਂ ਵਿਛੜ ਗਏ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵਿਛੜ ਗਏ ਆ। ਉਹ ਕਹਿੰਦਾ, ਸੱਚ ਮਾਤਾ ਜੀ ਮੇਰੇ ਘਰ ਚੱਲੋ, ਮੇਰਾ ਘਰ ਹੋਇਆ ਕਿ ਤੁਹਾਡਾ ਹੋਇਆ? ਮਹਾਰਾਜ ਮਾਤਾ ਜੀ ਘਰ ਤੁਹਾਡਾ ਹੀ ਹੈ, ਘਰ ਚੱਲੋ, ਜਦੋਂ ਥੋੜੇ ਦਿਨ ਰਹੋਗੇ ਮੇਰੇ ਘਰ, ਜਦੋਂ ਕੁਝ ਟਿਕਟਕਾ ਹੋ ਜਾਏਗਾ ਤੁਹਾਨੂੰ ਮੈਂ ਆਪ ਛੱਡ ਆਵਾਂਗਾ। ਉਸ ਸਮੇਂ ਸਾਧ ਸੰਗਤ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਚੱਲ ਫਿਰ, ਇਤਬਾਰ ਕਰ ਲਿਆ ਨਾ, ਭਰੋਸਾ ਕਰ ਲਿਆ ਵੀ ਚਲੋ ਆਪਣਾ ਹੀ ਹੈ, ਪਰ ਆਪਣਾ ਸਮਝਦੇ ਤੇ ਹਾਂ, ਪਰ ਆਪਣਾ ਕੋਈ ਬਣਦਾ ਨਹੀਂ। ਸਾਧ ਸੰਗਤ ਕਈ ਵਾਰੀ, ਕਈ ਬਗਾਨੇ ਵੀ ਆਪਣੇ ਬਣ ਜਾਂਦੇ ਨੇ, ਪਰ ਕਈ ਆਪਣੇ ਵੀ ਆਪਣੇ ਨਹੀਂ ਬਣਦੇ ਵਾਲੇ। ਸੋ ਸਾਧ ਸੰਗਤ ਹੋਇਆ ਕਿ ਲੈ ਗਿਆ ਨਾਲ, ਛੋਟੇ ਸਾਹਿਬਜ਼ਾਦੇ ਨਾਲ ਨੇ, ਚੱਲਦਿਆਂ ਚੱਲਦਿਆਂ ਪਹੁੰਚ ਗਏ। ਜਦੋਂ ਉਹਦੇ ਘਰ ਗਏ ਨਾ, ਉਹਨੇ ਵੇਖ ਲਿਆ ਵੀ ਮਾਤਾ ਜੀ ਦੇ ਕੋਲ ਮੋਹਰਾਂ ਦੀ ਥੈਲੀ ਸੀ, ਮੋਹਰਾਂ ਦੀ ਥੈਲੀ ਉਹਨੇ ਵੇਖ ਲਈ, ਰਾਤ ਨੂੰ ਚੋਰੀ ਕਰਕੇ ਲੈ ਗਿਆ। ਮਾਤਾ ਜੀ ਨੂੰ ਲੱਗ ਗਿਆ ਪਤਾ, ਦਿਨ ਚੜਿਆ, ਗੰਗੂ ਮੋਹਰਾਂ ਦੀ ਥੈਲੀ ਸਾਂਭ ਕੇ ਰੱਖੀ ਹੈ ਕਿਤੇ? ਕਹਿਣ ਲੱਗਾ, ਮੈਂ ਨਾਲੇ ਤੁਹਾਨੂੰ ਘਰ 'ਚ ਪਨਾਹ ਦਿੱਤੀ, ਨਾਲੇ ਤੁਸੀਂ ਮੇਰੇ 'ਤੇ ਇਲਜ਼ਾਮ ਲਾ ਰਹੇ ਹੋ, ਮੈਂ ਕੋਈ ਚੋਰ ਹਾਂ? ਕਈ ਵਾਰੀ ਸਾਧ ਸੰਗਤ ਜੀ, ਬੰਦਾ ਇੱਕ ਪਾਪ ਨੂੰ ਛਪਾਉਣ ਵਾਸਤੇ ਹੋਰ ਪਾਪ ਕਰਨ ਲੱਗ ਪੈਂਦਾ। ਇੱਕ ਝੂਠ ਜੇ ਕਿਤੇ ਆਪਾਂ ਬੋਲ ਪਾਵਾਂਗੇ ਨਾ ਭੁਲੇਖੇ ਨਾਲ, ਫਿਰ ਉਸ ਝੂਠ ਨੂੰ ਛਪਾਉਣ ਵਾਸਤੇ ਹੋਰ ਕਈ ਝੂਠ ਬੋਲਣੇ ਪੈਣਗੇ। ਸਾਧ ਸੰਗਤ ਜੀ ਉਸ ਸਮੇਂ ਕਹਿੰਦਾ, ਮਾਤਾ ਜੀ ਮੈਂ ਕੋਈ ਪਾਪ ਕੀਤਾ? ਮੈਂ ਕੋਈ ਚੋਰੀ ਕੀਤੀ ਹੈ? ਮੈਨੂੰ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ। ਮਾਤਾ ਜੀ ਕਹਿਣ ਲੱਗੇ, ਗੰਗੂ ਇਲਜ਼ਾਮ ਨਹੀਂ, ਜੇ ਤੂੰ ਮੋਹਰਾਂ ਸਾਂਭ ਕੇ ਰੱਖ ਲਈਆਂ ਨੇ ਕੋਈ ਗੱਲ ਨਹੀਂ, ਤੇਰੇ ਕੋਲ ਹੋਈਆਂ ਕਿ ਸਾਡੇ ਕੋਲ ਹੋਈਆਂ? ਕਹਿਣ ਲੱਗਾ, ਨਾ ਤੁਸੀਂ ਮੇਰੇ 'ਤੇ ਇਲਜ਼ਾਮ ਲਾ ਦਿੱਤਾ, ਮੈਂ ਤਾਂ ਤੁਹਾਨੂੰ ਫੜਾਵਾਂਗਾ। ਗੰਗੂ ਇਹ ਪਾਪ ਨਾ ਕਰ। ਕਹਿੰਦਾ, ਨਾ, ਚੱਲਿਆ ਗਿਆ ਮੁਰਿੰਡੇ, ਸ਼ਿਕਾਇਤ ਕਰਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਅਤੇ ਸਾਹਿਬਜ਼ਾਦੇ ਮੇਰੇ ਘਰ 'ਚ ਲੁਕੇ ਹੋਏ ਨੇ, ਬਾਹਰੋਂ ਲਾ ਗਿਆ ਕੁੰਡੀ, ਆ ਗਏ ਫਿਰ ਲੈਣ ਵਾਸਤੇ ਸਿਪਾਹੀ, ਗ੍ਰਿਫਤਾਰ ਕਰਾ ਦਿੱਤਾ। ਮਾਤਾ ਨੇ ਬੜਾ ਆਖਿਆ ਸੀ, ਗੰਗੂ ਪਾਪ ਨਾ ਕਰ, ਪਰ ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਜਿਹੜਾ ਪਾਪੀ ਬੰਦਾ ਉਹਨੂੰ ਪਾਪ ਪਿਆਰਾ ਲੱਗਦਾ, ਪਾਪੀ ਨੂੰ ਪਾਪ ਪਿਆਰਾ ਲੱਗਦਾ ਅਤੇ ਧਰਮੀ ਨੂੰ, ਪਾਪੀ ਕਹਿੰਦਾ ਕਿਤੇ ਪਾਪ ਮਾੜਾ, ਸ਼ਰਾਬੀ ਕਹਿੰਦਾ ਕਿਤੇ ਸ਼ਰਾਬ ਮਾੜੀ ਹੈ, ਜੁਆਰੀ ਕਹਿੰਦਾ ਕਿਤੇ ਜੁਆ ਮਾੜਾ ਹੈ। ਉਹ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ, ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ, ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ, ਬੋਲੋ, ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਾਪ ਹੈ ਜੀ ਬੁਰਾ ਲੱਗਦਾ ਪਾਪੀ ਨੂੰ, ਪਾਪ ਹੈ ਜੀ ਬੁਰਾ ਲੱਗਦਾ ਪਾਪੀ ਨੂੰ ਪਿਆਰਾ, ਪਾਪ ਹੈ ਬੋਲੋ ਆਈ ਲੱਗਦਾ ਪਾਪੀ ਨੂੰ ਪਿਆਰਾ, ਪਾਪ ਹੈ ਲੱਗਦਾ ਪਾਪੀ ਨੂੰ, ਪਾਪ ਹੈ
ਜੀ ਬੁਰਾ ਲੱਗਦਾ ਪਾਪੀ ਨੂੰ, ਲੱਗਦਾ ਪਾਪੀ ਨੂੰ ਪਿਆਰਾ, ਲੱਗੇ ਪਾਪੀ ਨੂੰ ਪਿਆਰਾ, ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ, ਪਾਪ ਹੈ ਜੀ ਬੁਰਾ ਲੱਗਦਾ ਪਾਪੀ ਨੂੰ, ਪਾਪ ਹੈ ਜੀ ਬੁਰਾ ਲੱਗਦਾ ਪਾਪੀ ਨੂੰ, ਪਾਪ ਹੈ ਜੀ ਬੁਰਾ ਲੱਗਦਾ ਪਾਪੀ ਨੂੰ, ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ। ਪਾਪ ਹੈ ਬੁਰਾ ਪਰ ਪਾਪੀ ਨੂੰ ਪਿਆਰਾ ਲੱਗਦਾ ਸਾਧ ਸੰਗਤ ਜੀ, ਇਸੇ ਤਰ੍ਹਾਂ ਸ਼ਰਾਬ ਹੈ ਬੁਰੀ ਪਰ ਸ਼ਰਾਬੀ ਨੂੰ ਪਿਆਰੀ ਲੱਗਦੀ ਹੈ। ਹੁਣ ਸਾਧ ਸੰਗਤ ਇਹਨੇ ਕਰ ਦਿੱਤੀ ਸ਼ਿਕਾਇਤ, ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ, ਜਦੋਂ ਲਈ ਜਾਂਦੇ ਨੇ ਗੱਡਿਆਂ 'ਚ ਬਿਠਾ ਕੇ, ਬੀਬੀਆਂ ਪਾਣੀ ਭਰਦੀਆਂ ਨੇ, ਕੌਣ ਜਾ ਰਹੇ ਨੇ, ਇਹ ਕੌਣ ਨੇ? ਉਹ ਕਹਿੰਦੇ ਇਹ ਜਿਹੜੇ ਗ੍ਰਿਫਤਾਰ ਕੀਤੇ ਨੇ ਬੱਚੇ ਬੜੇ ਸੋਹਣੇ ਲੱਗਦੇ ਨੇ, ਕੋਈ ਚੋਰ ਤੇ ਨਹੀਂ ਲੱਗਦੇ, ਇਹਨਾਂ ਨੇ ਕੋਈ ਪਾਪ ਕੀਤਾ ਹੋਊ? ਆਹ ਬਜ਼ੁਰਗ ਮਾਤਾ ਕੌਣ ਹੈ, ਚਿਹਰਾ ਦਮਕਾ ਮਾਰਦਾ, ਮਾਤਾ ਨੇ ਕੋਈ ਪਾਪ ਕੀਤਾ ਹੋਊ? ਸਿਪਾਹੀ ਕਿਉਂ ਲਿਜਾ ਰਹੇ ਨੇ? ਜਿਹੜਾ ਬੰਦਾ ਲੈ ਕੇ ਜਾ ਰਹੇ ਨੇ, ਪੁਲਿਸ ਵਾਲੇ, ਗੱਡੀਆਂ ਆਉਂਦੀਆਂ, ਉਦੋਂ ਸਾਧ ਸੰਗਤ ਜੀ ਗੱਡੇ ਆਉਂਦੇ ਸੀ, ਅੱਜ ਗੱਡੀਆਂ ਆਉਂਦੀਆਂ, ਉਦੋਂ ਬਲਦਾਂ ਵਾਲੇ ਗੱਡੇ ਹੁੰਦੇ ਸੀ, ਉਹਨਾਂ 'ਤੇ ਲਿਜਾਂਦੇ ਹੁੰਦੇ ਸੀ, ਲਈ ਜਾ ਰਹੇ ਨੇ। ਹੁਣ ਅੱਜ ਵੀ ਵਹਿੰਦੇ ਆ, ਕੋਈ ਜਾ ਰਿਹਾ ਤੇ ਕਹਿੰਦੇ ਕੋਈ ਪਾਪ ਕੀਤਾ ਹੋਊ ਤਾਂ ਹੀ ਲਿਜਾਂਦੇ ਨੇ, ਕੋਈ ਭੱਠੀ ਫੜੀ ਹੋਣੀ ਹੈ, ਕੋਈ ਮਾੜਾ ਕੰਮ ਕੀਤਾ ਤਾਂ ਹੀ ਲਿਜਾ ਰਹੇ ਪੁਲਿਸ ਵਾਲੇ, ਉਹ ਲਿਜਾ ਰਹੇ ਨੇ ਸਿਪਾਹੀ, ਕਿਉਂ ਲਿਜਾ ਰਹੇ ਨੇ ਪਤਾ ਨਹੀਂ ਹੈ ਕੌਣ ਨੇ। ਬੀਬੀਆਂ ਗੱਲਾਂ ਕਰਦੀਆਂ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਸੀ ਨਾ ਪਹਿਲਾਂ, ਜਿਹੜੇ ਆਨੰਦਪੁਰ ਸਾਹਿਬ ਜਾਣ ਵਾਲੇ ਸੀ, ਉਹ ਕਹਿੰਦੇ ਇਹ ਕੋਈ ਚੋਰ ਨਹੀਂ, ਇਹ ਕੌਣ ਨੇ? ਇਹ ਜੋੜੀ ਹੰਸਾਂ ਦੀ ਕਲਗੀ ਧਰ ਦੇ ਰਾਜ ਦੁਲਾਰੇ, ਜੋੜੀ ਹੰਸਾਂ ਦੀ ਕਲਗੀ ਧਰ ਦੇ ਰਾਜ ਦੁਲਾਰੇ, ਜੋੜੀ ਹੰਸਾਂ ਦੀ ਕਲਗੀ ਧਰ ਦੇ ਰਾਜ ਦੁਲਾਰੇ, ਇਹ ਜੋੜੀ
ਕਲਗੀ ਧਾਰ ਦੇ ਰਾਜ ਦੁਲਾਰੇ ਜੋੜੀ ਕਲਗੀ ਧਾਰ ਦੇ ਰਾਜ ਦੁਲਾਰੇ ਦੀ ਜੋੜੀ ਹੈ ਗਲਗੀਧਰ ਪਿਤਾ ਦੇ ਲਾਲ ਨੇ ਗਲਗੀਧਰ ਪਿਤਾ ਦੇ ਰਾਜ ਦੁਲਾਰੇ ਨੇ ਮਾਂ ਗੁਜਰੀ ਦੀਆਂ ਅੱਖੀਆਂ ਦੇ ਕਿਉਂ ਫੜੇ ਨੇ ਪਤਾ ਹੈ ਨੀ ਕਿਉਂ ਲਿਜਾ ਰਹੇ ਨੇ ਲੈ ਗਏ ਸਾਧ ਸੰਗ ਜੀ ਸਰਹੰਦ ਵਜੀਦੇ ਨੂੰ ਕਹਿੰਦੇ ਜੀ ਮਹਾਰਾਜ ਦੇ ਸਾਹਿਬ ਜਾਦੇ ਤੇ ਮਾਤਾ ਫੜ ਕੇ ਲੈ ਆਉਂਦੇ ਚਾਹ ਚੜ੍ਹ ਗਿਆ ਕਹਿੰਦਾ ਸ਼ੁਕਰ ਹੈ ਭਾਈ ਚਲੋ ਗੁਰੂ ਗੋਬਿੰਦ ਸਿੰਘ ਨੂੰ ਤੇ ਫੜਿਆ ਨਹੀਂ ਗਿਆ ਪੁੱਤਰਾਂ ਨੂੰ ਤੇ ਫੜ ਲਿਆਂਦਾ ਕਹਿੰਦਾ ਹੁਣ ਮਾਂ ਵੀ ਮੰਨ ਜੂ ਤੇ ਪੁੱਤਰ ਵੀ ਮੰਨ ਜਾਣਗੇ ਮੁਸਲਮਾਨ ਤੇ ਉਹਨਾਂ ਨੇ ਬਣ ਜਾਣਾ ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਮੁਸਲਮਾਨ ਬਣ ਗਏ ਤੇ ਸਮਝ ਲਓ ਬਸ ਫਿਰ ਸਾਰੀ ਦੁਨੀਆ ਹੀ ਮੁਸਲਮਾਨ ਬਣ ਗਈ ਬਣਾ ਲਾਂਗੇ ਆਪਣੇ ਧਰਮ ਚ ਲੈ ਆਵਾਂਗਾ ਪਰ ਇਹ ਨਹੀਂ ਪਤਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਹੈ ਮਾੜੀ ਮੋਟੀ ਗੱਲ ਹੈ ਕਿਤੇ ਸਤਿਗੁਰਾਂ ਦੇ ਸਾਹਿਬਜ਼ਾਦੇ ਹੈ ਸਾਧ ਸੰਗਤ ਜੀ ਸੂਬੇ ਦੀ ਲੱਗੀ ਕਚਹਿਰੀ 11 ਪੋਹ ਨੂੰ ਕਹਿੰਦਾ ਹੁਕਮ ਕੀਤਾ ਸੀ ਠੰਡੇ ਬੁਰਜ ਚ ਬੰਦ ਕਰੋ ਇੱਕ ਪੋਹ ਦਾ ਮਹੀਨਾ ਸੀ ਲੰਘੀ ਹੈ ਨਾ ਸਰਦੀ ਹੁਣ ਵੇਖੋ ਉਦੋਂ ਠੰਡ ਬੜੀ ਹੁੰਦੀ ਹੈ ਬੜੀ ਠੰਡ ਹੁੰਦੀ ਜਦੋਂ ਪੋਹ ਦਾ ਮਹੀਨਾ ਹੋਵੇ 13 ਪੋਹ ਜਦੋਂ ਸਭਾ ਤੇ ਜਾਂਦੇ ਹਾਂ ਨਾ ਬਹੁਤ ਠੰਡ ਦਾ ਮੌਸਮ ਹੁੰਦਾ ਤੇ ਸਾਧ ਸੰਗਤ ਜੀ ਹੁਣ ਜਦੋਂ ਠੰਡੇ ਬੁਰਜ ਵਿੱਚ ਬੰਦ ਕੀਤਾ ਠੰਡ ਜ਼ਿਆਦਾ ਜਾਂ ਤੇ ਛੋਟੇ ਬੱਚਿਆਂ ਨੂੰ ਲੱਗਦੀ ਹੈ ਜਾਂ ਫਿਰ ਬਜ਼ੁਰਗਾਂ ਨੂੰ ਲੱਗਦੀ ਹੈ ਦੋ ਉਮਰਾਂ 'ਚ ਹੀ ਠੰਡ ਜ਼ਿਆਦਾ ਲੱਗਦੀ ਹੈ ਤੇ ਇੱਕ ਪਾਸੇ ਬਜ਼ੁਰਗ ਸਨ ਮਾਤਾ ਗੁਜਰ ਕੌਰ ਜੀ ਤੇ ਬੱਚੇ ਸਨ ਸਾਹਿਬਜ਼ਾਦੇ 7 ਤੇ 9 ਸਾਲ ਦੀ ਉਮਰ ਠੰਡੇ ਬੁਰਜ ਵਿੱਚ ਕਰ ਦਿੱਤੇ ਬੰਦ ਹੁਣ ਸਾਧ ਸੰਗਤ ਜੀ ਠੰਡਾ ਬੁਰਜ ਉਧਰੋਂ ਸਰਦੀ ਨਾ ਕੋਈ ਲੈਣ ਵਾਸਤੇ ਗਰਮ ਕੱਪੜਾ 11 ਪੋਹ ਨੂੰ ਲੱਗੀ ਕਚਹਿਰੀ ਮਾਤਾ ਜੀ ਕਹਿਣ ਲੱਗੇ ਬੱਚਿਓ ਦਾਦੇ ਦੀ ਪੱਗ ਨੂੰ ਕਿਤੇ ਦਾਗ ਨਾ ਲਾ ਦਿਓ ਵੇਖਿਓ ਕਿਤੇ ਆਪਣਾ ਧਰਮ ਨਾ ਛੱਡਿਓ ਮਾਤਾ ਜੀ ਨਹੀਂ ਧਰਮ ਤੋਂ ਨਹੀਂ ਡੋਲਾਂਗੇ ਲੈ ਗਏ ਸੂਬੇ ਦੀ ਕਚਹਿਰੀ 'ਚ ਸਾਰੇ ਰਾਹ ਸਮਝਾਉਂਦੇ ਗਏ ਸਿਪਾਹੀ ਬੱਚਿਓ ਵੇਖਿਓ ਕਿਤੇ ਸੂਬੇ ਨੂੰ ਜਾ ਕੇ ਸਲਾਮ ਕਰਿਓ ਮੱਥਾ ਟੇਕਿਓ ਹੁਣ ਚੁੱਪ ਕਰਕੇ ਕਹਿੰਦੇ ਕੋਈ ਨਹੀਂ ਤੁਸੀਂ ਮੱਥਾ ਟੇਕਿਓ ਜਾ ਕੇ ਬੱਚਿਆਂ ਨੂੰ ਜਿੱਧਰ ਮਰਜ਼ੀ ਲਾ ਲਓ ਤੇ ਜਾਂਦੇ ਨੇ ਸਿਪਾਹੀ ਸਮਝਾਉਂਦੇ ਜਾ ਕੇ ਸੂਬੇ ਨੂੰ ਮੱਥਾ ਟੇਕਿਓ ਕਹਿੰਦੇ ਕੋਈ ਗੱਲ ਨਹੀਂ ਜਦੋਂ ਗਏ ਸੂਬੇ ਦੀ ਕਚਹਿਰੀ 'ਚ ਲੱਗੀ ਸੀ ਕਚਹਿਰੀ ਵਜ਼ੀਰ ਮੰਤਰੀ ਸੰਤਰੀ ਸਾਰੇ ਬੈਠੇ ਆ ਸਿਪਾਹੀ ਵੀ ਬੈਠੇ ਆ ਸਾਧ ਸੰਗਤ ਜੀ ਇਸ਼ਾਰਾ ਕੀਤਾ ਸਿਪਾਹੀਆਂ ਨੇ ਸਾਹਮਣੇ ਸੂਬਾ ਬੈਠਾ ਸੂਬੇ ਨੂੰ ਝੁਕਾਓ ਸਿਰ ਸੂਬੇ ਦੀ ਜਦੋਂ ਸਾਧ ਸੰਗਤ ਜੀ ਇਹਨਾਂ ਨੇ ਸੂਬੇ ਵੱਲ ਵੇਖਿਆ ਤੇ ਵੇਖ ਕੇ ਹਾਸੀ ਨਿਕਲ ਆਈ ਸੂਬੇ ਵੱਲ ਵੇਖ ਕੇ ਕਿਉਂਕਿ ਸੂਬੇ ਦੀ ਸ਼ਕਲ ਬੜੀ ਭੈੜੀ ਸੀ ਜਿਹੜਾ ਸੂਬਾ ਸੀ ਨਾ ਵਜੀਦਾ ਉਹਦੀ ਸ਼ਕਲ ਬੜੀ ਭੈੜੀ ਸੀ ਜਦੋਂ ਇਹਨਾਂ ਨੇ ਵੇਖਿਆ ਸੂਬੇ ਵੱਲ ਤੇ ਉਸ ਸਮੇਂ ਲਾਲਾ ਨੇ ਫਤਿਹ ਕਿਹੜੀ ਉੱਥੇ ਮੱਥਾ ਟੇਕਣਾ ਸੀ ਮੱਥਾ ਕਿਹੜਾ ਟੇਕਣਾ ਸੀ ਗੁਰੂ ਕੇ ਲਾਲਾ ਨੇ ਉਸ ਸਮੇਂ ਗੱਜ ਕੇ ਫਤਿਹ ਬੁਲਾਈ ਆਖਿਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਉਹ ਗੁਰੂ ਕੇ ਲਾਲ ਸਨ ਫਤਿਹ ਬੁਲਾਤੀ ਉਹ ਲਾਲਾ ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏਗੀ ਫਤਿਹ ਦਾ ਜਕਾਰਾ ਛੱਡਿਆ ਛੱਡਿਆ
ਨੇ ਗੱਜ ਕੇ ਫਤਿਹ ਬੁਲਾਤੀ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਕਹਿੰਦੇ ਬੱਚਿਓ ਤੁਸੀਂ ਸਿਰ ਕਿਉਂ ਨੀ ਝੁਕਾਇਆ। ਸਾਹਿਬਜ਼ਾਦੇ ਕਹਿਣ ਲੱਗੇ ਸਿਰ ਝੁਕਾਈਏ ਕਿਉਂ, ਨਾ ਸੂਬੇ ਦੀ ਅਕਲ ਹੈ ਤੇ ਨਾ ਇਹਦੀ, ਇੱਕ ਚੀਜ਼ ਹੀ ਹੋਵੇ। ਵਾਹ, ਕਿਵੇਂ ਟੇਕ ਦਈਏ ਮੱਥਾ, ਉਹ ਕਿਵੇਂ ਝੁਕਾ ਦਈਏ ਸਿਰ। ਜਦੋਂ ਇੰਨੀ ਗੱਲ ਸਾਹਿਬਜ਼ਾਦਿਆਂ ਨੇ ਆਖੀ ਹੈਰਾਨ ਹੋ ਗਏ, ਕਹਿੰਦੇ ਕਮਾਲ ਦੀ ਗੱਲ ਹੈ, ਨਿੱਕੇ ਨਿੱਕੇ ਬੱਚੇ ਹੌਸਲੇ ਕਿੰਨੇ ਬੁਲੰਦ ਨੇ। ਪਿਆਰ ਨਾਲ ਸਮਝਾਇਆ ਪਹਿਲੇ ਦਿਨ, ਪਿਆਰ ਨਾਲ, ਬੱਚਿਓ ਭਾਈ ਮੁਸਲਮਾਨ ਬਣ ਜਾਓ, ਬੇਗਮਾਂ ਦੇ ਡੋਲੇ, ਜੰਗੀਰਾਂ, ਮਾਇਆ, ਪੈਸਾ, ਮਹਿਲ ਸਭ ਕੁਝ ਮਿਲੇਗਾ। ਸਾਹਿਬਜ਼ਾਦੇ ਕਹਿਣ ਲੱਗੇ ਇਹ ਕੋਈ ਤੇ ਸਾਡੇ ਘਰ ਚ ਹੀ ਬਥੇਰਾ ਸੀ, ਮਾਇਆ ਦੀ ਕਮੀ ਸੀ ਕਿਤੇ ਮਹਾਰਾਜ ਕੋਲ, ਖਜ਼ਾਨੇ ਬੜੇ ਸੀ, ਮਹਾਰਾਜ ਨੇ ਨਦੀਆਂ ਚ ਰੋੜਤੇ, ਸਰਸਾ ਚ ਰੋੜਤਾ ਸਾਰਾ ਖਜ਼ਾਨਾ, ਮਾਇਆ ਦੀ ਕੋਈ ਕਮੀ ਸੀ ਗੁਰੂ ਗੋਬਿੰਦ ਸਿੰਘ ਕੋਲ? ਉਹ ਮਾਇਆ ਦੀ ਕਮੀ ਤੇ ਸਾਡੇ ਘਰ ਚ ਹੀ ਨਹੀਂ ਸੀ। ਉਹ ਕਹਿਣ ਲੱਗੇ ਮੁਸਲਮਾਨ ਬਣ ਜਾਓ ਜਾਂ ਫਿਰ ਵੇਖੋ ਤੁਹਾਨੂੰ ਬੜੇ ਤਸੀਹੇ ਦਿੱਤੇ ਜਾਣਗੇ। ਤੁਹਾਡੇ ਪਿਤਾ ਨੂੰ ਕਹਿੰਦੇ ਅਸੀਂ ਸ਼ਹੀਦ ਕਰਤਾ, ਕਹਿੰਦੇ ਉਹ ਸੂਬਿਆ ਮੂੰਹ ਸੰਭਾਲ ਕੇ ਗੱਲ ਕਰ, ਐਵੇਂ ਕਾਹਤੋਂ ਝੂਠ ਬੋਲਦਾ, ਇਹੋ ਜਿਹੀ ਤੇ ਕਿਰਪਾਨ ਹੀ ਨਹੀਂ ਬਣੀ ਜਿਹੜੀ ਗੁਰੂ ਗੋਬਿੰਦ ਸਿੰਘ ਮਾਨ ਨੂੰ ਸ਼ਹੀਦ ਕਰ ਸਕੇ, ਇਹੋ ਜਿਹੀ ਤੇ ਗੋਲੀ ਓ ਨਹੀਂ ਬਣੀ। ਸਾਡੇ ਪਿਤਾ ਨੂੰ ਮਾਰਨ ਵਾਲਾ ਕੌਣ ਹੈ, ਵਿਖਾ ਖਾਂ ਕਿਹੜਾ ਸੂਰਮਾ ਜਿਹਨੇ ਮਾਰਿਆ, ਉਹਦਾ ਮੂੰਹ ਤੇ ਵਿਖਾ ਕਿਹੜਾ ਬੰਦਾ ਮਾਰ ਕੇ ਆਇਆ ਤੇਰਾ, ਹਿੰਮਤ ਹੀ ਨਹੀਂ। ਉਹ ਆ ਤੇਰੇ ਜਿਹੜੇ ਤਕੜੇ ਤਕੜੇ ਸੂਰਮੇ ਲਈ ਫਿਰਨਾ ਨਾ, ਜਦੋਂ ਸਾਡੇ ਪਿਤਾ ਦੇ ਸਾਹਮਣੇ ਜਾਂਦੇ ਨੇ ਇਹਨਾਂ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ। ਆ ਜਿਹੜੇ ਤਕੜੇ ਤਕੜੇ ਸੂਰਮੇ ਲਈ ਫਿਰਨਾ ਨਾ ਤੂੰ, ਸਾਡੇ ਪਿਤਾ ਸਾਹਮਣੇ ਖੜਨ ਦੀ ਇਹਨਾਂ 'ਚ ਹਿੰਮਤ ਨਹੀਂ। ਦੱਸਦੇ ਸੀ ਕੌਣ ਕੌਣ ਗਿਆ ਸੀ, ਚੁੱਪ ਕਰ ਗਿਆ, ਹੁਣ ਕਿਹਨੂੰ ਸਾਹਮਣੇ ਕਰੇ, ਇਹੋ ਜਿਹਾ ਕਿਹੜਾ ਸੀ ਜਿਹੜਾ ਕਹੇ ਮੈਂ ਗੁਰੂ ਗੋਬਿੰਦ ਸਿੰਘ ਮਾਨ ਨੂੰ ਸ਼ਹੀਦ ਕਰਤਾ। ਉਹ ਗੱਲ ਸੁਣ ਸੂਬਿਆ, ਅਸੀਂ ਨਹੀਂ ਮੁਸਲਮਾਨ ਬਣਦੇ। ਕਹਿੰਦੇ ਗੱਲ ਸੁਣ ਲਓ, ਜੇ ਮੁਸਲਮਾਨ ਨਹੀਂ ਬਣੋਗੇ ਤੁਹਾਨੂੰ ਬੜੇ ਤਸੀਹੇ ਦਿੱਤੇ ਜਾਣਗੇ, ਖਤਮ ਕਰ ਦਿੱਤਾ ਜਾਏਗਾ। ਬੱਚਿਓ ਨਿੱਕੀਆਂ ਨਿੱਕੀਆਂ ਜਿੰਦਾਂ ਨੇ, ਖੇਡਣ ਹੱਸਣ ਖੇਡਣ ਦੀ ਉਮਰ ਹੈ ਨਾ, ਕਹਿੰਦੇ ਇਹ ਗੱਲ ਨਹੀਂ ਹੋ ਸਕਦੀ। ਕਹਿੰਦਾ ਜਾਓ ਅਜੇ ਬੱਚੇ ਨੇ, ਕੱਲ੍ਹ ਦਾ ਦਿਨ ਵਿਚਾਰ ਕਰ ਲਓ, ਕੱਲ੍ਹ ਨੂੰ ਗੱਲ ਕਰਾਂਗੇ। ਅੱਜ ਤੇ ਪਿਆਰ ਨਾਲ ਸਮਝਾਇਆ, ਹੁਣ ਕੱਲ੍ਹ ਨੂੰ ਕਰੜੇ ਹੋ ਕੇ ਸਮਝਾਉਣਾ ਪਊ। ਲੈ ਗਏ ਸੂਬੇ ਤੋਂ ਕਚਹਿਰੀ ਚੋਂ ਸਾਹਿਬਜ਼ਾਦੇ ਵਾਪਸ ਆਏ, ਮਾਤਾ ਗੁਜਰ ਜੀ ਮਾਤਾ ਗੁਜਰ ਕੌਰ ਜੀ ਦੀ ਝੋਲੀ 'ਚ ਪਏ ਨੇ, ਇੱਕ ਦਾ ਸੀਸ ਇੱਕ ਪਾਸੇ ਦੂਜੇ ਦਾ ਸੀਸ ਇੱਕ ਪਾਸੇ। ਮਾਤਾ ਜੀ ਉਸ ਸਮੇਂ ਸਮਝਾਉਂਦੇ ਨੇ, ਬੱਚਿਓ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਹਿੰਦੂਆਂ ਦਾ ਧਰਮ ਬਚਾਉਣ ਵਾਸਤੇ ਆਪਣੇ ਆਪ ਦਾ ਬਲੀਦਾਨ ਦਿੱਤਾ ਸੀ, ਤੇ ਜਾਂਦਿਆਂ ਹੋਇਆ ਉਹਨਾਂ ਨੇ ਬਚਨ ਪਤਾ ਕਿਹੜਾ ਕੀਤਾ ਸੀ, ਚਿੱਤ ਚਰਨ ਕਮਲ ਕਾ ਆਸਰਾ ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹੇ ਨਾ ਛੋੜੀਏ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਯਾਦ ਰੱਖਿਓ, ਤੁਹਾਡੇ ਦਾਦਾ ਪਿਤਾ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਸਾਹਿਬਜ਼ਾਦਿਓ ਵੇਖਿਓ ਕਿਤੇ, ਉਹ ਵੇਖਿਓ ਕਿਤੇ ਬਾਪੂ ਦੀ ਚਿੱਟੀ ਚਾਦਰ ਨੂੰ ਦਾਗ ਨਾ ਲਾ ਦਿਓ, ਇਹੀ ਆਖਿਆ ਸੀ ਨਾ, ਲਾ ਲਓ ਦਾਗ ਨਾ ਕਿਤੇ ਲੱਗ ਜਾਵੇ ਬਾਪੂ ਦੀ ਚਿੱਟੀ ਚਾਦਰ, ਲਾ ਲਓ ਦਾਗ ਨਾ ਕਿਤੇ ਲੱਗ ਜਾ ਬਾਪੂ ਦੀ ਚਿੱਟੀ ਚਾਦਰ, ਓ ਲਾ ਲਓ ਦਾਗ ਨਾ ਕਿਤੇ ਲੱਗ ਜਾ ਬਾਪੂ ਦੀ ਚਿੱਟੀ ਚਾਦਰ, ਲਾ ਲਓ ਸਾਹਿਬਜ਼ਾਦਿਓ ਕਿਤੇ ਬਾਪੂ ਦੀ ਚਿੱਟੀ ਪੱਗ ਨੂੰ ਦਾਗ ਨਾ ਲਾ ਦਿਓ। ਕੀ ਆਖਿਆ ਸੀ ਉਸ ਸਮੇਂ,
ਮਾਤਾ ਜੀ ਅਸੀਂ ਮਰਨੀ ਮਰ ਜਾਵਾਂਗੇ ਪਰ ਸਿੱਖੀ ਤੋਂ ਨਹੀਂ ਡੋਲਾਂਗੇ, ਆਪਣਾ ਧਰਮ ਨਹੀਂ ਛੱਡਾਂਗੇ। ਇਹੀ ਆਖਿਆ ਸੀ ਨਾ ਸਾਹਿਬਜ਼ਾਦਿਆਂ ਨੇ, ਉਹਨਾਂ ਨੇ ਤੇ ਆਖਿਆ ਸੀ ਅਸੀਂ ਪੱਗ ਨੂੰ ਦਾਗ ਨਹੀਂ ਲਾਵਾਂਗੇ। ਆਪਾਂ ਕਹਿੰਦੇ ਹਾਂ ਕੋਈ ਲੜ ਛੱਡਣਾ ਹੀ ਨਹੀਂ ਦਾਗ ਲਾਉਣ ਸਾਨੂੰ, ਕੋਈ ਪਾਸਾ ਰਹਿ ਹੀ ਨਾ ਜਾਵੇ। ਜੇ ਕੋਈ ਅੰਮ੍ਰਿਤ ਛੱਕ ਕੇ ਗੰਦੀ ਨਾਲੀ ਵਿੱਚ ਡਿੱਗਿਆ ਫਿਰਦਾ ਤੇ ਦਾਗ ਕਿਹਨੂੰ ਹੈ? ਉਹ ਦਾਗ ਕਿਹਦੀ ਪੱਗ ਨੂੰ ਲੱਗ ਰਿਹਾ? ਸਾਡੀ ਪੱਗ ਨੂੰ ਲੱਗ ਰਿਹਾ। ਜੇ ਤੇ ਕਿਰਪਾਨ ਨਹੀਂ ਪਾਈ ਫਿਰ ਤੇ ਕਹਿਣਗੇ ਫਲਾਣਾ ਸਿੰਘ ਡਿੱਗਿਆ, ਉਹ ਫਲਾਣਾ ਫਲਾਣੇ ਦਾ ਪੁੱਤਰ। ਤੇ ਜੇ ਕਿਤੇ ਅੰਮ੍ਰਿਤ ਛੱਕ ਕੇ ਗੰਦੀ ਨਾਲੀ 'ਚ ਡਿੱਗ ਪਵੇ ਭਾਵ ਸ਼ਰਾਬ ਲੱਗ ਪਵੇ ਪੀਣ, ਸਿੱਖੀ ਤੋਂ ਮੁਨਕਰ ਹੋ ਜਾਵੇ, ਰਹਿਤ ਛੱਡ ਦੇਵੇ ਤੇ ਫਿਰ ਕਹਿਣਗੇ ਵੇਖੋ ਓਏ ਗੁਰੂ ਦੇ ਸਿੰਘ ਪਏ। ਦਾਗ ਕਿਹਨੂੰ ਹੈ? ਬਾਪੂ ਦੀ ਚਿੱਟੀ ਪੱਗ ਨੂੰ ਮਹਾਰਾਜ ਮਾਤਾ ਜੀ ਕਹਿੰਦੇ ਦਾਗ ਨਾ ਲਾਇਓ। ਆਪਾਂ ਕਹਿੰਦੇ ਆਪਾਂ ਕੋਈ ਲੜ ਛੱਡਣਾ ਹੀ ਨਹੀਂ, ਹਾਲ ਵੇਖੋ ਆਪਣਾ। ਪਰ ਮੈਂ ਅੱਗੇ ਵੀ ਬੇਨਤੀ ਕਰਦਾ ਰਹਿੰਦਾ, ਅੱਜ ਫੇਰ ਕਰ ਦੇਣਾ, ਜੇ ਕੋਈ ਅੰਮ੍ਰਿਤਧਾਰੀ ਤੁਹਾਨੂੰ ਗੰਦੀ ਨਾਲੀ 'ਚ ਡਿੱਗਿਆ ਮਿਲ ਪਵੇ, ਠੇਕੇ ਤੇ ਖਲੋਤਾ ਮਿਲ ਪਵੇ, ਪੀਤੀ ਹੋਵੇ ਉਹਨੇ ਸ਼ਰਾਬ ਤੇ ਹੋਵੇ ਅੰਮ੍ਰਿਤਧਾਰੀ, ਜੁੱਤੀ ਲਾ ਲਿਆ ਕਰੋ ਉਸੇ ਸਮੇਂ। ਕਾਹਦੇ ਵਾਸਤੇ ਦਿੱਤੀ ਕਿਰਪਾਨ ਮਹਾਰਾਜ ਨੇ? ਪਹਿਲੀ ਗੱਲ ਤੇ ਚੰਗੀ ਖੜਕੈਤੀ ਕਰੋ, ਫਿਰ ਉਹਦੀ ਸਿਰੀ ਸਭ ਲਾਹ ਕੇ ਲਿਆਓ, ਉਹਨੂੰ ਕਹਿ ਹੁਣ ਡਿੱਗ, ਭਾਵੇਂ ਗੰਦੀ ਨਾਲੀ 'ਚ ਡਿੱਗ, ਭਾਵੇਂ ਤੂੰ ਨਹਿਰ 'ਚ ਡਿੱਗ, ਭਾਵੇਂ ਤੂੰ ਭਾਖੜਾ 'ਚ ਡਿੱਗ, ਸਾਨੂੰ ਕੀ ਹੈ? ਪਰ ਗੁਰੂ ਦੀ ਪੱਗ ਨੂੰ ਦਾਗ ਤੇ ਨਾ ਲਾ। ਗੁਰੂ ਦੀ ਪੱਗ ਨੂੰ ਦਾਗ ਕਿਉਂ ਲਾ ਰਹੇ ਹਾਂ? ਅੰਮ੍ਰਿਤ ਛੱਕ ਕੇ ਜੇ ਕੋਈ ਸਾਧ ਸੰਗਤ ਕੁਰੈਤ ਕਰ ਲਵੇ, ਬੀੜੀਆਂ ਪੀਵੇ, ਜਰਦਾ ਖਾਵੇ, ਉਹ ਅੰਮ੍ਰਿਤ ਛੱਕ ਕੇ ਵੀ ਜੇ ਕੋਈ ਠੇਕੇ ਤੇ ਜਾਵੇ ਤੇ ਫਿਰ ਤੇ ਦਾਗ ਗੁਰੂ ਦੀ ਪੱਗ ਨੂੰ ਹੋਇਆ। ਤੇ ਮਾਤਾ ਜੀ ਨੂੰ ਕੀ ਆਖਿਆ ਸੀ? ਮਾਤਾ ਜੀ ਅਸੀਂ ਬਾਪੂ ਦੀ ਪੱਗ ਨੂੰ ਦਾਗ ਨਹੀਂ ਲਾਵਾਂਗੇ। ਤੇ ਸਾਨੂੰ ਵੀ ਇਹੀ ਸਿੱਖਿਆ, ਗੁਰੂ ਦੀ ਇਹੀ ਸਿੱਖਿਆ ਵੇਖਿਓ ਕਿਤੇ। ਮਾਤਾ ਜੀ ਨੇ ਸਮਝਾਇਆ ਸੀ ਬੱਚਿਓ ਵੇਖਿਓ, ਲਾਲੋ ਦਾਗ ਨਾ ਕਿਤੇ ਲੱਗ ਜਾਵੇ ਬਾਪੂ ਦੀ ਚਿੱਟੀ ਚਾਦਰ, ਲਾਲੋ ਦਾਗ ਨਾ ਕਿਤੇ ਲੱਗ ਜਾਵੇ ਬਾਪੂ ਦੀ ਚਿੱਟੀ ਚਾਦਰ। ਦੇਖਿਓ ਕਿਤੇ ਦਾਗ ਨਾ ਲਾ ਦਿਓ, ਇਹੀ ਆਖਿਆ ਸੀ ਉਸ ਸਮੇਂ। ਆਖਿਆ ਮਾਤਾ ਜੀ ਨੇ ਬੱਚਿਓ ਵੇਖਿਓ ਦਾਗ ਨਾ ਲਾ ਦਿਓ, ਪਿਆਰਿਓ ਮਨਾਂ 'ਚ ਝਾਤੀ ਮਾਰੋ, ਅਸੀਂ ਵੀ ਸਾਧ ਸੰਗਤ ਜੀ ਸਿੱਖ ਹੋ ਕੇ ਜੇ ਸਿੱਖ ਨਹੀਂ ਬਣਦੇ ਤੇ ਦਾਗ ਕਿਹਨੂੰ? ਗੁਰੂ ਦੀ ਪੱਗ ਨੂੰ। ਲੋਕ ਕਹਿੰਦੇ ਵੇਖੋ ਬਾਈ ਆ ਜਿਹੜੇ ਸਾਧ ਸੰਗਤ ਜੀ ਕਹਿੰਦੇ ਅਸੀਂ ਸਿੱਖਾਂ ਨੂੰ ਵੇਖੋ ਕਿੱਧਰ ਲਿਆਂਦਾ, ਉਹ ਸਿੱਖ ਹੋ ਕੇ ਸਿੱਖ ਨਹੀਂ ਬਣਦੇ, ਸਿੱਖ ਹੋ ਕੇ ਅੰਮ੍ਰਿਤ ਨਹੀਂ ਛਕਦੇ। ਗੁਰੂ ਦੀ ਪੱਗ ਨੂੰ ਦਾਗ ਹੈ ਮਾਤਾ ਜੀ, ਮਰਨੀ ਮਰ ਜਾਵਾਂਗੇ ਪਰ ਬਾਪੂ ਦੀ ਪੱਗ ਨੂੰ ਦਾਗ ਨਹੀਂ ਲਾਵਾਂਗੇ। ਇਹੀ ਆਖਿਆ ਸੀ, ਸੂਬੇ ਨੂੰ ਸਿਰ ਨਹੀਂ ਝੁਕਾਵਾਂਗੇ, ਇਹੀ ਆਖਿਆ ਸੀ ਨਾ। ਤੇ ਸਾਧ ਸੰਗਤ ਦੂਜਾ ਦਿਨ ਹੋਇਆ, ਲੈ ਗਏ ਸੂਬੇ ਦੀ ਕਚਹਿਰੀ 'ਚ 12 ਪੋ, ਸੂਬੇ ਦੀ ਕਚਹਿਰੀ 'ਚ ਲੈ ਗਏ। ਪਹਿਲੇ ਦਿਨ ਸਮਝਾਇਆ ਸੀ ਪਿਆਰ ਨਾਲ, ਤੇ ਅੱਜ ਸੂਬੇ ਨੇ ਸਮਝਾਇਆ ਕਰੜਾ ਹੋ ਕੇ। ਕੀ ਕਹਿੰਦਾ ਉਸ ਸਮੇਂ? ਕਹਿਣ ਲੱਗਾ ਬੱਚਿਓ
ਕੱਲ ਤੁਹਾਨੂੰ ਪਿਆਰ ਸਤਿਕਾਰ ਨਾਲ ਸਮਝਾਇਆ ਵੀ ਤੁਸੀਂ ਆਪਣਾ ਧਰਮ ਛੱਡ ਦਿਓ, ਪਰ ਹੁਣ ਜੇ ਨਹੀਂ ਮੰਨਣੀ ਤੇ ਵੇਖੋ ਫਿਰ ਤੁਹਾਨੂੰ ਬੜੇ ਤਸੀਹੇ ਦਿੱਤੇ ਜਾਣਗੇ, ਐਸੀ ਮੌਤ ਮਾਰਾਂਗੇ। ਆਉਣ ਵਾਲੀਆਂ ਪੁਸਤਾਂ ਯਾਦ ਰੱਖਣਗੀਆਂ, ਉਹ ਯਾਦ ਇਹੋ ਜਿਹੀ ਤੁਹਾਨੂੰ ਸਜ਼ਾ ਦੇਵਾਂਗੇ। ਸਾਹਿਬਜ਼ਾਦੇ ਕਹਿਣ ਲੱਗੇ ਤੂੰ ਜੋ ਮਰਜ਼ੀ ਕਰ ਲੈ, ਅਸੀਂ ਨਹੀਂ ਜੋੜਨਾ। ਕਦੀ ਯਾਦ ਕੀਤਾ ਉਹਨਾਂ ਦੀ ਕੁਰਬਾਨੀ ਨੂੰ? ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਮਰ ਦੇ ਲਾਲ ਸੂਬੇ ਨੇ ਕੀ ਆਖਿਆ ਸੀ? ਉਹ ਕਹਿਣ ਲੱਗਾ ਗੱਲ ਸੁਣੋ ਬੱਚਿਓ, ਕਿਉਂ ਆਪਣਾ ਜਾਨ ਗਵਾ ਰਹੇ ਹੋ? ਮੰਨ ਲਓ ਆਪਣਾ ਧਰਮ ਛੱਡ ਦਿਓ, ਇਹੀ ਗੱਲ ਆਖੀ ਸੀ ਨਾ। ਕਿਉਂ ਜਾਨ ਗਵਾਉਂਦੇ ਹੋ ਬੱਚਿਓ, ਮੰਨ ਲਓ ਮੇਰਾ ਕਹਿਣਾ। ਜਾਨ ਗਵਾਉਂਦੇ ਹੋ ਬੱਚਿਓ, ਮੰਨ ਲਓ ਮੇਰਾ ਕਹਿਣਾ। ਸਾਰੇ ਪੜ੍ਹੋ, ਸਾਰੇ ਬੋਲੋ ਭਾਈ। ਕੀ ਆਖਿਆ ਸੀ ਗੁਰੂ ਕੇ ਲਾਲਾਂ ਨੇ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਨੇ ਕੀ ਆਖਿਆ ਸੀ? ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ, 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 ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ, ਪੁੱਤ ਹਾਂ ਗੋਬਿੰਦ ਸਿੰਘ ਦੇ, ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ। ਗੋਬਿੰਦ ਸਿੰਘ ਦੇ ਸਿੱਖੀ ਸਿਦਕ ਵਿੱਚ ਰਹਿਣਾ, ਪੁੱਤ ਹਾਂ ਗੋਬਿੰਦ ਸਿੰਘ ਦੇ ਸੂਬਿਆ ਸਿੱਖੀ ਸਿਦਕ ਵਿੱਚ ਰਹਿਣਾ, ਪੁੱਤ ਹਾਂ ਗੋਬਿੰਦ ਸਿੰਘ ਦੇ ਸਿੱਖੀ ਸਿਦਕ ਵਿੱਚ ਰਹਿਣਾ, ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ, ਅਸੀਂ ਧਰਮ ਨਹੀਂ ਛੱਡ ਸਕਦੇ, 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 ਅਸੀਂ ਧਰਮ ਨਹੀਂ ਸਕਦੇ। ਛੱਡ ਸਕਦੇ ਸੂਬਿਆ ਕਹਿ ਲੈ ਜੋ ਕੁਝ ਕਹਿਣਾ, ਧਰਮ ਨੀ ਛੱਡ ਸਕਦੇ ਕਹਿ ਲੈ ਜੋ ਕੁਝ ਕਹਿਣਾ, ਧਰਮ ਨੀ ਛੱਡ ਸਕਦੇ ਸੂਬਿਆ ਕਹਿ ਲੈ ਜੋ ਕੁਝ ਕਹਿਣਾ, ਧਰਮ ਨੀ ਛੱਡ ਸਕਦੇ ਸੂਬਿਆ ਕਹਿ ਲੈ ਜੋ ਕੁਝ ਕਹਿਣਾ।
ਜੀ ਕਹਿ ਲੈ ਸੂਬਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਹਾਂ, ਅਸੀਂ ਪੁੱਤਰ ਬਣ ਕੇ ਵਿਖਾਵਾਂਗੇ। ਸਤਸੰਗ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ, ਜਦੋਂ ਦੇ ਦਿੱਤਾ ਨਾ ਜਵਾਬ, ਅਸੀਂ ਆਪਣਾ ਧਰਮ ਨਹੀਂ ਛੱਡਣਾ। ਤੇ ਸਤਸੰਗ ਜੀ, ਉਸ ਸਮੇਂ ਸੂਬਾ ਕਹਿੰਦਾ ਵੀ ਗੱਲ ਸੁਣੋ, ਇਹ ਮੰਨਣ ਵਾਲੇ ਹੈ ਨਹੀਂ, ਇੰਜ ਕਰੋ। ਫਿਰ ਕਾਜ਼ੀਆਂ ਨੂੰ ਬੁਲਾਇਆ, ਉਹ ਕਹਿੰਦੇ ਫਤਵਾ ਲਾਓ, ਤੇ ਕਾਜ਼ੀ ਲਾਉਂਦੇ ਸੀ ਫਤਵਾ ਵੀ ਫਲਾਣੇ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ, ਇਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ। ਸੂਬਿਆਂ, ਇਹਨਾਂ ਬੱਚਿਆਂ ਦੀ ਸਜ਼ਾ ਪਤਾ ਕਿਹੜੀ ਦੇਣੀ ਹੈ? ਕਹਿੰਦੇ ਕਿਹੜੀ? ਕਹਿੰਦੇ ਨੀਹਾਂ ਵਿੱਚ ਜਿਉਂਦਿਆਂ ਨੂੰ ਚਿਣ ਕੇ ਸ਼ਹੀਦ ਕਰ। ਹੁਕਮ ਹੋ ਗਿਆ। 12 ਪੋਹ ਨੂੰ ਕਹਿੰਦੇ ਕੋਈ ਨਹੀਂ, ਫਿਰ ਕੱਲ੍ਹ ਨੂੰ ਇਹ ਕੰਮ ਹੋਏਗਾ। ਸਾਧ ਸੰਗਤ ਜੀ, ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਵਾਪਸ ਆ ਗਏ। ਜਦੋਂ ਵਾਪਸ ਮਾਤਾ ਜੀ ਦੇ ਕੋਲ ਆਏ ਤੇ ਮਾਤਾ ਜੀ ਫਿਰ ਸਮਝਾਉਂਦੇ ਰਹੇ, ਬੱਚਿਓ ਵੇਖਿਓ ਕਿਤੇ ਦਾਗ ਨਾ ਲੱਗ ਜੇ। ਮਾਤਾ ਜੀ ਨਹੀਂ। ਸਾਧ ਸੰਗਤ ਜੀ, ਤੀਸਰਾ ਦਿਨ 13 ਪੋਹ ਨੂੰ ਜਦੋਂ ਸਾਹਿਬਜ਼ਾਦੇ ਲੱਗੇ ਨਾ ਤੁਰਨ, ਤੇ ਮਾਤਾ ਗੁਜਰ ਕੌਰ ਜੀ ਨੂੰ ਪਤਾ ਸੀ ਮੇਰੇ ਲਾਲਾ ਨੇ ਮੁੜ ਕੇ ਨਹੀਂ ਆਉਣਾ। ਜਦੋਂ ਤੋਰਨ ਲੱਗੇ ਤੇ ਆਪਣੀ ਨੂੰਹ ਨੂੰ ਯਾਦ ਕੀਤਾ, ਮਾਤਾ ਜੀਤੋ ਜੀ। ਮਾਤਾ ਗੁਜਰ ਕੌਰ ਜੀ ਨੇ ਜਦੋਂ ਸਾਹਿਬਜ਼ਾਦਿਆਂ ਨੂੰ ਲੱਗੇ ਨਾ ਤੋਰਨ, ਆਪਣੀ ਨੂੰਹ ਜੀਤਾਂ ਨੂੰ ਯਾਦ ਕੀਤਾ ਤੇ ਕੀ ਆਖਿਆ, ਜੀਤਾਂ ਜੇ ਤੂੰ ਅੱਜ ਜਿਉਂਦੀ ਹੁੰਦੀ ਤੇ ਆਪਣੇ ਪੁੱਤਰਾਂ ਨੂੰ ਜਾਂਦਿਆਂ ਵਾਰੀ ਵੇਖ ਲੈਂਦੀ। ਤੇਰੇ ਪੁੱਤਰ ਲਾੜੀ ਮੌਤ ਵਿਆਹੁਣ ਚੱਲੇ ਨੇ, ਜਾਂਦੀ ਵਾਰੀ ਇਹਨਾਂ ਦੇ ਮੁੱਖ ਤੱਕ ਲੈਂਦੀ, ਕਿਉਂਕਿ ਜਿਹੜਾ ਬੰਦਾ ਸਾਡੇ ਚੋਂ ਗਿਆ ਹੋਵੇ, ਘਰ 'ਚ ਖੁਸ਼ੀ ਹੋਵੇ, ਉਦੋਂ ਯਾਦ ਜ਼ਰੂਰ ਆਉਂਦਾ ਵੀ ਜੇ ਅੱਜ ਹੁੰਦਾ ਤੇ ਉਹ ਵੀ ਵੇਖ ਲੈਂਦਾ। ਤੇ ਮਾਤਾ ਜੀ ਯਾਦ ਕਰਦੇ ਨੇ, ਜੀਤਾ ਜੇ ਅੱਜ ਤੂੰ ਜਿਉਂਦੀ ਹੁੰਦੀ ਤੇ ਆਪਣੇ ਸਾਹਿਬਜ਼ਾਦਿਆਂ ਦੇ ਜਾਂਦੀ ਵਾਰੀ ਮੁੱਖ ਵੇਖ ਲੈਂਦੀ, ਤੇਰੇ ਲਾਲ ਅੱਜ ਲਾੜੀ ਮੌਤ ਨੂੰ ਵਿਆਹੁਣ ਚੱਲੇ ਹੈ। ਸਾਧ ਸੰਗਤ ਜੀ, ਸਾਹਿਬਜ਼ਾਦਿਆਂ ਨੂੰ ਤੋਰਿਆ, ਛਾਤੀ ਨਾਲ ਲਾਇਆ, ਤੇ ਜਦੋਂ ਸਾਹਿਬਜ਼ਾਦੇ ਜਾ ਰਹੇ ਨੇ, ਪਿੱਛੋਂ ਤੱਕਦੀ ਮਾਤਾ ਗੁਜਰ ਕੌਰ ਖਲੋਤੀ, ਵੇਖ ਲਵਾਂ ਆਪਣੇ ਲਾਲਾਂ ਦੇ ਮੁੱਖ। ਸਾਧ ਸੰਗਤ ਸੂਬੇ ਦੀ ਕਚਹਿਰੀ 'ਚ ਪਹੁੰਚ ਗਏ। ਹੁਣ ਹੁਕਮ ਕੀ ਹੋਇਆ ਸੀ? ਸੂਬੇ ਦੇ ਕਚਹਿਰੀ 'ਚ ਵੀ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿਓ। ਹੁਣ ਆ ਗਏ ਉਸ ਸਮੇਂ ਜਲਾਦ ਲੈ ਕੇ ਸਾਧ ਸੰਗਤ ਜੀ, ਇੱਟਾਂ ਪਈਆਂ ਨੇ, ਸਾਹਿਬਜ਼ਾਦਿਆਂ ਨੂੰ ਲਿਆਂਦਾ, ਸੂਬਾ ਫੇਰ ਆ ਗਿਆ। ਕਹਿੰਦੇ ਗੱਲ ਸੁਣੋ ਬੱਚਿਓ, ਆ ਵੇਖੋ ਤੇ ਸਹੀ, ਸਾਹਮਣੇ ਵੇਖੋ, ਇੱਟਾਂ ਪਈਆਂ ਨੇ, ਤੁਹਾਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏਗਾ। ਸਾਹਿਬਜ਼ਾਦਿਆਂ ਨੇ ਆਖਿਆ, ਕਹਿੰਦੇ ਸੂਬਿਆ ਕੋਈ ਗੱਲ ਨਹੀਂ, ਕਹਿੰਦੇ ਗੱਲ ਸੁਣੋ, ਤੁਹਾਡੇ ਸਰੀਰਾਂ ਨੂੰ ਕਿਸੇ ਨੇ ਨਹੀਂ ਚੁੱਕਣਾ। ਸਾਹਿਬਜ਼ਾਦਿਆਂ ਨੂੰ ਆਖਿਆ ਸੂਬੇ ਨੇ, ਤੁਹਾਡੇ ਸਰੀਰਾਂ ਨੂੰ ਕਿਸੇ ਨੇ ਨਹੀਂ ਚੁੱਕਣਾ। ਉੱਪਰ ਨਿਗਾਹ ਮਾਰੋ, ਅਸਮਾਨ ਵੱਲ ਕੁਝ ਨਜ਼ਰ ਆਉਂਦਾ, ਕੀ ਦਿਸਦਾ? ਇੱਲਾਂ ਉੱਡਦੀਆਂ ਦਿਸਦੀਆਂ ਨੇ, ਇੱਲਾਂ। ਕਹਿੰਦੇ ਉੱਪਰੋਂ ਇੱਲਾਂ ਆਉਣਗੀਆਂ, ਤੁਹਾਡੀਆਂ ਬੋਟੀਆਂ ਚੁੱਕ ਕੇ ਲੈ ਜਾਣਗੀਆਂ, ਤੁਹਾਡੀਆਂ ਆਂਦਰਾਂ ਚੁੱਕ ਕੇ ਲੈ ਜਾਣਗੀਆਂ, ਆਕਾਸ਼ ਵਿੱਚ ਉੱਡਣਗੀਆਂ, ਥਾਂ ਥਾਂ ਤੇ ਤੁਹਾਡਾ ਸਰੀਰ, ਥਾਂ ਥਾਂ ਤੇ ਆਂਦਰਾਂ ਖਿਲਰ ਜਾਣਗੀਆਂ। ਸਾਹਿਬਜ਼ਾਦਿਆਂ ਨੇ ਪਤਾ ਕੀ ਆਖਿਆ? ਉਹ ਸੂਬਿਆ, ਅਸੀਂ ਤੇ ਆਪ ਇਹੀ ਚਾਹੁੰਦੇ ਹਾਂ, ਜਦੋਂ ਸਾਡੇ ਸਰੀਰ ਪਏ ਹੋਣ, ਉੱਤੋਂ ਇੱਲਾਂ ਆਉਣ ਤੇ ਸਾਡੀਆਂ ਆਂਦਰਾਂ ਬੋਟੀਆਂ ਚੁੱਕ ਕੇ ਉੱਪਰ ਲਿਜਾਣ। ਕਹਿੰਦੇ ਤੁਸੀਂ ਕਿਉਂ ਕਹਿੰਦੇ ਹੋ? ਕਹਿੰਦੇ ਸੂਬਿਆ, ਤੂੰ ਅਸੀਂ ਤੇ ਚਲੇ ਜਾਵਾਂਗੇ, ਅਸੀਂ ਤੇ ਸਰੀਰ ਹੀ ਰਹਿ ਜਾਣਾ ਨਾ ਗੱਲਾਂ, ਅਸੀਂ ਤੇ ਚਲੇ ਜਾਵਾਂਗੇ, ਪਰ ਤੂੰ ਮਿਣਤੀ ਕਰੀ। ਕਹਿੰਦੇ ਮਿਣਤੀ ਕਿਉਂ? ਕਹਿੰਦੇ ਮਿਣਤੀ ਕਰੀ, ਉੱਪਰੋਂ ਇੱਲਾਂ ਆਉਣਗੀਆਂ, ਸਾਡੀਆਂ ਆਂਦਰਾਂ ਬੋਟੀਆਂ ਚੁੱਕ ਕੇ ਉੱਪਰ ਲਿਜਾਣਗੀਆਂ। ਸੂਬਿਆ, ਤੂੰ ਮਿਣਤੀ ਕਰ ਲਈ, ਜਿੰਨੀਆਂ ਉੱਚੀਆਂ ਉਹ ਇੱਲਾਂ ਜਾਣਗੀਆਂ, ਏਡੇ ਏਡੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੁੱਲਣ।
ਸ੍ਰੀ ਅਕਾਲ ਆਖਿਆ ਸੀ ਉਸ ਸਮੇਂ ਸਾਹਿਬਜ਼ਾਦਿਆਂ ਨੇ। ਆ ਆਏਗਾ ਸਮਾਂ, ਆਹੀ ਧਰਤੀ ਹੈ, ਇੱਥੇ ਉੱਚੇ ਉੱਚੇ ਨਿਸ਼ਾਨ ਸਾਹਿਬ ਚੁੱਲਣਗੇ, ਸੂਬਾ ਕੰਬ ਗਿਆ। ਪਰ ਗੁਰੂ ਕੇ ਲਾਲ ਫਿਰ ਵੀ ਚਿਹਰੇ ਤੇ ਖੇੜਾ ਕੋਈ ਹੈ ਹੀ ਨਹੀਂ, ਮੋਹੇ ਮਰਨੇ ਕਾ ਚਾਓ ਹੈ। ਖਲੋ ਗਏ, ਉੱਪਰ ਨਿਗਾਹ ਮਾਰੀ, ਯਾਦ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਸੱਚੇ ਪਾਤਸ਼ਾਹ ਇੱਕ ਵਾਰੀ ਦਰਸ਼ਨ ਦਿਓ। ਕੌਲਾਂ ਨੇ ਵੀ ਬੇਨਤੀ ਕੀਤੀ ਸੀ, ਮਹਾਰਾਜ ਮੈਂ ਚੱਲੀ ਹਾਂ ਤੇ ਮੇਰੇ ਸਾਹਮਣੇ ਬਹਿ ਜਾਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਖਿਆ ਸੀ, ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਮੇਰਾ ਸਾਹਮਣੇ ਬਹਿ ਜਾਓ, ਤੁਹਾਨੂੰ ਵੇਖਣਾ, ਤੁਹਾਡੇ ਦਰਸ਼ਨ ਕਰਦਿਆਂ ਸਰੀਰ ਛੱਡਣਾ। ਇੱਥੇ ਵੀ ਕਹਿ ਦਿਆ ਸਾਹਿਬਜ਼ਾਦੇ ਕਹਿੰਦੇ ਸੱਚੇ ਪਾਤਸ਼ਾਹ ਇੱਕ ਵਾਰੀ ਆਓ ਤੇ ਦਰਸ਼ਨ ਦੇ ਜਾਓ, ਅਸੀਂ ਚੱਲੇ ਹਾਂ। ਬੇਨਤੀ ਕੀਤੀ ਸੀ ਸਾਹਿਬਜ਼ਾਦਿਆਂ ਨੇ, ਨੀਹਾਂ ਵਿੱਚ ਖਲੋਤਿਆਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬੱਚਿਆਂ ਨੇ ਕੀਤੀ ਅਰਦਾਸ ਖੜ ਕੇ, ਆ ਜਾ ਬਾਜਾ ਵਾਲਿਆ ਘੋੜੇ ਤੇ ਚੜ ਕੇ, ਬੱਚਿਆਂ ਨੇ ਕੀਤੀ ਅਰਦਾਸ ਖੜ ਕੇ, ਆ ਜਾ ਕਲਗੀਆਂ ਵਾਲਿਆ ਘੋੜੇ ਤੇ ਚੜ ਕੇ। ਬੇਨਤੀ ਕੀਤੀ ਸੀ ਇੱਕ ਵਾਰੀ ਆਓ ਤੇ ਉਸ ਸਮੇਂ ਮਰਦ ਸੱਚਮੁੱਚ ਨਹੀਂ ਸੀ ਆਏ, ਸਾਹਮਣੇ ਆਕਾਸ਼ ਵਿੱਚ ਨੀਲੇ ਘੋੜੇ ਤੇ ਖਲੋਤੇ ਸਤਿਗੁਰਾਂ ਦੇ ਦਰਸ਼ਨ ਹੋ ਗਏ। ਦੀਦਾਰ ਹੋ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਹਿਬਜ਼ਾਦਿਆਂ ਨੂੰ, ਬੱਚਿਓ ਮੈਂ ਤੁਹਾਡੇ ਨਾਲ, ਡੋਲਣਾ ਨਹੀਂ। ਬਸ ਫਿਰ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਖਲੋ ਗਏ। ਜਦੋਂ ਨੀਹਾਂ ਦੇ ਵਿੱਚ ਖਲੋਤੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਵੱਡੇ ਤੇ ਫਤਿਹ ਸਿੰਘ ਜੀ ਛੋਟੇ, ਜ਼ੋਰਾਵਰ ਦੀਆਂ ਅੱਖਾਂ ਚੋਂ ਪਾਣੀ, ਜ਼ੋਰਾਵਰ ਸਿੰਘ ਦੀਆਂ ਅੱਖਾਂ ਚੋਂ ਪਾਣੀ ਆਇਆ। ਵੇਖ ਕੇ ਫਤਿਹ ਸਿੰਘ ਕਹਿਣ ਲੱਗਾ, ਵੀਰ ਡੋਲ ਗਿਆ, ਕੀ ਗੱਲ ਹੋ ਗਈ, ਤੂੰ ਡੋਲ ਗਿਆ ਨੀਹਾਂ ਵਿੱਚ, ਹੁਣ ਨੀਹਾਂ ਲੱਗ ਪਏ ਚਿਣਨ ਤੇ ਤੇਰੀਆਂ ਅੱਖਾਂ ਚੋਂ ਪਾਣੀ ਆ ਗਿਆ। ਕਹਿੰਦੇ ਮੈਂ ਡੋਲਿਆ ਨਹੀਂ। ਫਿਰ ਗੱਲ ਕੀ ਬਣੀ,
ਅੱਖਾਂ ਚੋਂ ਪਾਣੀ ਕਿਉਂ ਆਇਆ? ਉਸ ਸਮੇਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ, ਫਤਿਹ ਸਿੰਘ ਮੈਨੂੰ ਇਸ ਗੱਲ ਦਾ ਦੁੱਖ ਹੈ। ਕਿਹੜੀ ਗੱਲ ਦਾ? ਕਿ ਤੂੰ ਦੁਨੀਆਂ 'ਚ ਆਇਆ ਤੇ ਮੇਰੇ ਤੋਂ ਮਗਰੋਂ ਹੈ ਤੇ ਜਾ ਮੇਰੇ ਤੋਂ ਪਹਿਲਾਂ ਨਹੀਂ। ਤੈਨੂੰ ਗੁਰੂ ਪਿਤਾ ਦੀ ਗੋਦ ਪਹਿਲਾਂ ਨਸੀਬ ਹੋਏਗੀ ਕਿਉਂਕਿ ਤੂੰ ਛੋਟਾ ਹੈ ਤੇ ਜਿਹੜਾ ਛੋਟਾ ਉਹ ਪਹਿਲਾਂ ਹੀ ਚਿਣਿਆ ਜਾਏਗਾ ਤੇ ਮੇਰੇ ਤੇ ਵਾਰੀ ਬਾਅਦ 'ਚ ਆਉਣੀ ਹੈ, ਤੇਰੀ ਵਾਰੀ ਪਹਿਲਾਂ। ਤੇ ਮੈਂ ਸੋਚਦਾ ਮੇਰੇ ਕਰਮ ਮਾੜੇ, ਮੈਂ ਦਾਦੇ ਦੀ ਗੋਦ 'ਚ ਬਾਅਦ ਜਾਵਾਂਗਾ ਤੇ ਤੂੰ ਮੇਰੇ ਤੋਂ ਪਹਿਲਾਂ ਜਾਵੇਂਗਾ, ਮਰਨਾ ਪਹਿਲਾਂ। ਮੋਹੇ ਮਰਨੇ ਕਾ ਚਾਉ ਹੈ, ਹੈ ਕਿਸੇ ਨੂੰ ਚਾ ਮਰਨ ਦਾ? ਮੋਹੇ ਮਰਨੇ ਕਾ ਚਾਉ ਹੈ, ਮੋਹੇ ਮਰਨੇ ਕਾ ਚਾਉ ਹੈ, ਮੋਹੇ ਮਰਨੇ ਕਾ ਚਾਉ ਹੈ, ਮੋਹੇ ਮਰਨੇ ਕਾ ਚਾਉ ਹੈ। ਮੋਹੇ ਮਰਨੇ ਕਾ ਚਾਉ ਹੈ, ਮੋਹੇ ਮਰਨੇ ਕਾ ਚਾਉ ਹੈ, ਮੋਹੇ ਮਰਨੇ ਕਾ ਚਾਉ ਹੈ, ਮੋਹੇ ਮਰਨੇ ਕਾ ਚਾਉ ਹੈ। ਬੜੀ ਦੁਨੀਆ ਮਰਦੀ ਹੈ, ਕੋਈ ਭਾਖੜਾ 'ਚ ਡਿੱਗ ਕੇ ਮਰ ਗਿਆ, ਕੋਈ ਫਾਹ ਲੈ ਕੇ ਮਰ ਗਿਆ, ਕੋਈ ਦਵਾਈ ਪੀ ਕੇ ਮਰ ਗਿਆ। ਇਹ ਕਾਹਦਾ ਮਰਨਾ ਹੈ? ਜੇ ਮਰਨਾ ਤੇ ਫਿਰ ਸਾਹਿਬਜ਼ਾਦਿਆਂ ਵਾਂਗੂ ਮਰੀਏ, ਜੇ ਮਰਨਾ ਮੈਦਾਨੇ ਜੰਗ ਵਿੱਚ ਜੂਝ ਕੇ ਮਰੀਏ, ਜੇ ਮਰਨਾ ਤੇ ਗੁਰੂ ਵਾਲੇ ਬਣ ਕੇ ਮਰੀਏ, ਅੰਮ੍ਰਿਤ ਛਕ ਕੇ ਮਰੀਏ, ਉਹ ਸਾਡਾ ਮਰਨਾ ਸਫਲਾ ਹੋ ਜਾਵੇਗਾ। ਮਰੂ ਤੂੰ ਹਰ ਕੇ ਦੁਆਰ, ਮਰਨੇ ਕਾ ਚਾਉ ਹੈ, ਮਰਨੇ ਕਾ ਚਾਉ ਹੈ, ਮਰਨੇ ਕਾ ਚਾਉ ਹੈ। ਮਤ ਹਰ ਪੁੱਛੇ ਕੌਣ ਹੈ, 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 ਉਹ ਪਰਾ ਹਮਾਰੇ ਘਰ, ਕੋਈ ਮਰਨੇ ਕਾ ਚਾਉ ਹੈ, ਕੋਈ ਮਰਨੇ ਕਾ ਚਾਉ ਹੈ, ਮਰਨੇ ਕਾ ਚਾਉ ਹੈ। ਮੋਹੇ ਮਰਨੇ ਕਾ ਚਾਉ ਹੈ, ਮਰੋ ਤੋ ਹਰ ਕੇ ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ। ਸਾਧ ਸੰਗਤ ਜੀ, ਸਾਹਿਬਜ਼ਾਦੇ ਨੀਹਾਂ ਦੇ ਵਿੱਚ ਖਲੋਤੇ ਨੇ, ਇੱਟਾਂ ਚਿੰਨੀਆਂ ਸ਼ੁਰੂ ਕਰ ਦਿੱਤੀਆਂ। ਆ 13 ਪੋਹ ਦਾ ਦਿਨ ਸੀ ਸਾਧ ਸੰਗਤ, ਉਹ ਲੰਘ ਗਿਆ ਸਮਾਂ। ਉਹ ਸਮੇਂ ਇੰਦਰ ਦੇਵਤਾ ਵੀ ਰੋ ਰਿਹਾ ਸੀ, ਸਾਰੀ ਦੁਨੀਆਂ ਨੇ ਤੇ ਰੋਣਾ ਹੀ ਸੀ। ਅੱਜ ਤੱਕ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਉਂਦੀ ਹੈ ਨਾ, ਕੋਈ ਐਸਾ ਸਾਲ ਨਹੀਂ ਲੰਘਿਆ ਜਦੋਂ ਮੀਂਹ ਨਾ ਪਵੇ, ਹਰ ਸਾਲ ਮੀਂਹ ਪੈਂਦਾ। ਉਸ ਸਮੇਂ ਦੁਨੀਆਂ ਤੇ ਉਹ ਇੰਦਰ ਦੇਵਤਾ ਵੀ ਰੋਂਦਾ, ਸਾਡੇ ਪਤਾ ਨਹੀਂ ਕਿਹੋ ਜਿਹੇ ਪੱਥਰ ਦਿਲ ਨੇ ਕਦੀ ਕੀਤਾ ਯਾਦ। 13 ਪੋਹ ਨੂੰ ਮੈਨੂੰ ਦੱਸੋ ਖਾਂ ਵੀ ਕਿਹਾ ਹੋਵੇ ਵੀ ਅੱਜ ਅੱਜ ਸ਼ਰਾਬ ਨਹੀਂ ਪੀਣੀ, ਅੱਜ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ।
ਅੱਜ ਠੇਕੇ ਬੰਦ ਕਰਾਓ, ਅੱਜ ਠੇਕੇ ਨਾ ਖੁੱਲਣਗੇ ਫਿਰ ਮਰ ਚੱਲਿਆ ਜੇ ਇੱਕ ਦਿਨ ਨਾ ਸ਼ਰਾਬਾਂ ਪੀਆਂਗੇ, ਇੱਕ ਦਿਨ ਠੇਕੇ ਬੰਦ ਹੋ ਜਾਣਗੇ ਕਿਆ ਹੋ ਜਾਏਗਾ। ਪਰ ਸਾਧ ਸੰਗਤ ਅੱਜ ਸਾਧ ਸੰਗਤ ਜੀ ਉਹਨਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਨਹੀਂ ਕੀਤਾ, ਲੰਘ ਗਏ 13 ਪੂਰਾ ਦਿਹਾੜਾ, ਕਈ ਤੇ ਉੱਥੇ ਆ ਕੇ ਵੀ ਸ਼ਰਾਬਾਂ ਹੀ ਪੀਂਦੇ। ਸਾਧ ਸੰਗਤ ਜੀ ਕਿੱਡੀ ਵੱਡੀ ਕੁਰਬਾਨੀ ਸੀ, ਉਹ ਨੀਹਾਂ ਚਿੰਨੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਚੱਪ ਗੋਡਿਆਂ ਤੱਕ ਆਈ ਨਾ ਨੀ, ਜੇ ਉਹ ਸਮੇਂ ਜਲਾਦ ਲੱਗੇ ਇੱਟ ਭੰਨਣ ਉਹ ਕੀ ਕਰਦਾ ਹੈ, ਇੱਟ ਕਿਉਂ ਭੰਨਦਾ? ਕਹਿੰਦੇ ਜੀ ਇੱਥੇ ਚਪਣੀਆਂ ਆ ਗਈਆਂ, ਗੋਡੇ ਆ ਗਏ, ਇੱਟ ਤੇ ਭੰਨੀ ਪੈਣੀ ਹੈ। ਕਹਿੰਦੇ ਇਹ ਕੰਧ ਆਮ ਹੈ, ਆਮ ਕੰਧ ਨਹੀਂ ਉਸਾਰ ਰਿਹਾ, ਇਹ ਕੰਧ ਜਿਹੜੀ ਹੈ ਇਹ ਸਿੱਖੀ ਕੰਧ ਉਸਾਰ ਰਿਹਾ, ਇਹਦੇ ਵਿੱਚ ਕਿਤੇ ਭੱਜੀ ਹੋਈ ਇੱਟ ਨਾ ਲਾ ਦੀ, ਤੁਹਾਡੀਆਂ ਚਪਣੀਆਂ ਲਾ ਦੇ, ਇੱਟ ਇੱਥੇ ਭੱਜੀ ਹੋਈ ਇੱਟ ਨਾ ਲਾਈ। ਸਾਧ ਸੰਗਤ ਕਿੱਡੀ ਵੱਡੀ ਕੁਰਬਾਨੀ, ਸਾਹਿਬਜ਼ਾਦਿਆਂ ਨੇ ਇਹ ਗੱਲ ਆਖੀ, ਹੈਰਾਨ ਹੋ ਤਾਂ ਕੰਧ ਆਈ, ਜਦੋਂ ਛਾਤੀਆਂ ਤੱਕ ਕੰਧ ਆ ਗਈ ਸਾਹ ਘੁੱਟ ਗਏ, ਸਤਸੰਗਤ ਬੋਲਿਆ ਨਹੀਂ ਜਾਂਦਾ, ਛਾਤੀ ਤੱਕ ਕੰਧ ਹੋਣ ਕਰਕੇ ਸਾਹ ਘੁੱਟ ਗਏ, ਕੰਧ ਵੀ ਸਹਾਰਿਆ ਨਾ ਗਿਆ, ਡਿੱਗ ਪਈ ਕੰਧ, ਸਾਹਿਬਜ਼ਾਦੇ ਡਿੱਗੇ, ਇੱਟਾਂ ਵਜੀਆਂ, ਸਾਰੇ ਸਰੀਰ ਤੇ ਖੂਨ ਸਿਮਦਾ ਹੈ, ਜ਼ਖਮ ਹੋ ਗਏ, ਕੋਈ ਕੋਈ ਸਾਹ ਚੱਲਦਾ। ਉਹ ਸੂਬੇ ਨੇ ਆਖਿਆ ਹੁਣ ਮੰਨਣਗੇ, ਇੰਜ ਕਰੋ ਝੱਸੋ ਇਹਨਾਂ ਨੂੰ ਤੇਲ ਝੱਸੋ ਤਲੀਆਂ ਵਿੱਚ। ਸਾਧ ਸੰਗਤ ਮਾਲਿਸ਼ ਹੋਈ, ਹੋਸ਼ ਆਈ, ਫਿਰ ਨੇੜੇ ਗਏ, ਸਾਹਿਬਜ਼ਾਦਿਆਂ ਦੇ ਕੰਨ ਵਿੱਚ ਆਖਿਆ ਸੂਬੇ ਨੇ ਉਹ ਅਜੇ ਵੀ ਸਮਾਂ, ਅਜੇ ਵੀ ਤੁਸੀਂ ਮੁਸਲਮਾਨ ਬਣ ਜਾਓ, ਕੀ ਲੈਣਾ ਸਿੱਖੀ ਤੋਂ। ਸਾਹਿਬਜ਼ਾਦਿਆਂ ਨੇ ਸਿਰ ਹਿਲਾ ਤਾ, ਬੋਲਿਆ ਤੇ ਗਿਆ ਸਿਰ ਹਿਲਾ। ਇਹੀ ਆਖਿਆ ਸੀ ਨਾ, ਉਹ ਮਰਨੀ ਮਰ ਜਾਵਾਂਗੇ ਸਿੱਖੀ ਨਹੀਂ ਛੱਡਣੀ, ਮਰਨੀ ਮਰ ਜਾਵਾਂਗੇ ਸਿੱਖੀ ਨਹੀਂ ਛੱਡਣੀ ਪਿਆਰੇ, ਮਰਨੀ ਮਰ ਜਾਵਾਂਗੇ ਨਾਲੋਂ ਧਰਮ ਪਿਆਰਾ ਲੱਗਦਾ ਸਾਨੂੰ, ਜਾਣ ਨਾਲੋਂ ਧਰਮ ਪਿਆਰਾ ਲੱਗਦਾ ਸਾਨੂੰ, ਜਾਣ ਨਾਲੋਂ ਪਿਆਰਾ ਲੱਗਦਾ ਸਾਨੂੰ, ਜਾਣ ਨਾਲੋਂ ਪਿਆਰਾ ਲੱਗਦਾ ਸਾਨੂੰ, ਜਾਣ ਨਾਲੋਂ ਵੀ ਵੱਧ ਧਰਮ ਪਿਆਰਾ ਲੱਗਦਾ। ਇਹ ਗੱਲ ਕਹਿ ਦਿੱਤੀ, ਉਹ ਸਭ ਸੂਬੇ ਨੇ ਹੁਕਮ ਕੀਤਾ ਸੀ, ਕਹਿੰਦਾ ਉੱਠੋ ਕੋਈ ਤੇ ਇਹਨਾਂ ਬੱਚਿਆਂ ਦੇ ਸੀਸ ਧੜ ਤੋਂ ਜੁਦਾ ਕਰ,
ਸਾਡਾ ਕੇਸ ਚੱਲਦਾ ਤੇਰੀ ਕਚਹਿਰੀ ਚ, ਉਹ ਕੇਸ ਕਰਦੇ ਮਾਫ, ਇਹ ਕੰਮ ਅਸੀਂ ਕਰ ਦਿੰਦੇ। ਕੋਈ ਨੇੜੇ ਨਹੀਂ ਸੀ ਜਾਂਦਾ ਜਲਾਦ, ਤੇ ਸਮਾਣੇ ਦੇ ਜਲਾਦ ਸੀ। ਫਿਰ ਉਹ ਉੱਠੇ ਤੇ ਉਹਨਾਂ ਨੇ ਹੱਥ ਵਿੱਚ ਤਲਵਾਰਾਂ ਫੜ ਲਈਆਂ ਤੇ ਸਾਧ ਸੰਗਤ ਜੀ ਉਸ ਸਮੇਂ ਸਾਹਿਬਜ਼ਾਦਿਆਂ ਦੇ ਕੋਲ ਆ ਕੇ, ਉਹਨਾਂ ਸਾਹਿਬਜ਼ਾਦਿਆਂ ਦੀ ਜੋ ਸਾਧ ਸੰਗਤ ਜੀ ਸੀਸ ਸੀ ਉਹ ਧੜ ਤੋਂ ਜੁਦਾ ਕਰ ਦਿੱਤੇ। ਇਹ ਵੇਖ ਕੇ ਉਸ ਸਮੇਂ ਧਰਤੀ ਵੀ ਕੰਬੀ ਸੀ, ਆਕਾਸ਼ ਵੀ ਡੋਲੇ ਸੀ, ਹਨੇਰੀ ਵੀ ਇੱਥੇ ਪਏ ਸੀ, ਕੋਈ ਚੁੱਕਣ ਵਾਸਤੇ ਤਿਆਰ ਨਹੀਂ ਸੀ ਹੋ ਰਿਹਾ। ਤੇ ਸਾਧ ਸੰਗਤ ਜੀ ਉਸ ਸਮੇਂ ਆਵਾਜ਼ ਦਿੱਤੀ, ਵਜੀਦੇ ਨੇ, ਕੋਈ ਹੈ? ਉਹ ਗੁਰੂ ਦੇ ਸਿੰਘ, ਗੁਰੂ ਦੇ ਲਾਲਾਂ ਦੇ ਸਰੀਰ ਪਏ ਨੇ, ਕੋਈ ਚੁੱਕਣ ਵਾਲਾ ਉੱਠੋ। ਸਾਧ ਸੰਗਤ ਜੀ ਕੋਈ ਵੀ ਨਾ ਉੱਠੇ, ਕੌਣ ਆਵੇ? ਅੱਜ ਵੀ ਜਾਨ ਤਲੀ ਤੇ ਧਰ ਕੇ ਲਾ ਕੇ ਪੌੜੀ ਬੁਰਜ ਨੂੰ ਦੁੱਧ ਪਿਉਣ ਵਾਸਤੇ ਆਇਆ। ਮਾਤਾ ਜੀ ਕਹਿਣ ਲੱਗੇ, ਅੱਜ ਮੇਰੇ ਸਾਹਿਬਜ਼ਾਦੇ ਆਏ ਨੀ, ਅੱਗੇ ਆ ਜਾਂਦੇ ਸੀ। ਮਾਤਾ ਜੀ ਅੱਖਾਂ ਚੋਂ ਪਾਣੀ ਵਗਦਾ, ਕੀ ਦੱਸਾਂ ਬੇ ਮੋਤੀ, ਦੱਸ ਮੇਰੇ ਲਾਲ ਨੀ ਆਏ? ਮਾਤਾ ਜੀ ਤੇਰੇ ਸੋਹਣੇ ਲਾਲਾਂ ਨੇ ਹੁਣ ਤਾਂ ਮੁੜ ਕੇ ਕਦੇ ਨਹੀਂ ਆਉਣਾ, ਸੋਹਣੇ ਲਾਲਾਂ ਨੇ ਹੁਣ ਤਾਂ ਧਰਮ ਤੋਂ ਜਾਨਾ ਵਾਰੇ, ਆਪਣਾ ਧਰਮ ਕਮਾਗੇ, ਸਿੱਖੀ ਕੇਸਾਂ ਤੇ ਸੰਗ ਨਿਭਾਗੇ। ਇੰਨੀ ਗੱਲ ਆਖੀ ਮਾਤਾ ਗੁਜਰ ਕੌਰ ਜੀ ਨੇ, ਮਾਰਿਆ ਚੌਂਕਾ, ਦਸਵੇਂ ਦੁਆਰ ਨੇ ਆਪਣੇ ਸਵਾਸ ਬਾਹਰ ਕੱਢੇ, ਆਪਣੇ ਪੰਜ ਭੂਤ ਗੁਜਰ ਕੌਰ ਜੀ ਨੇ ਛਾਲ ਮਾਰੀ ਸੀ ਬੁਰਜ ਤੋਂ, ਪਰ ਮੂਰਖ ਉਹ ਲੋਕ ਨੇ। ਮਾਤਾ ਗੁਜਰ ਕੌਰ ਜੀ ਐਡੀ ਵੱਡੀ ਮਹਾਨ ਹਸਤੀ, ਜਿਨ੍ਹਾਂ ਦੇ ਸਹੁਰਾ ਵੀ ਗੁਰੂ, ਪਤੀ ਵੀ ਗੁਰੂ ਤੇ ਪੁੱਤਰ ਵੀ ਗੁਰੂ, ਕਿੱਡੀ ਵੱਡੀ ਬੁਰਜ ਤੋਂ ਛਾਲ ਮਾਰੀ। ਮਾਤਾ ਗੁਜਰ ਕੌਰ ਜੀ ਨੇ ਦਸਵੇਂ ਦੁਆਰ ਰਾਹੀਂ ਸਰੀਰ, ਇੱਕ ਪਾਸੇ ਮਾਤਾ ਗੁਜਰ ਕੌਰ ਜੀ ਦਾ ਸਰੀਰ ਪਿਆ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਸਰੀਰ ਬਾਹਰ ਪਏ ਨੇ, ਕੋਈ ਚੁੱਕਣ ਵਾਸਤੇ ਤਿਆਰ ਨਹੀਂ ਹੁੰਦਾ। ਸੇਠ ਟੋਡਰ ਮੱਲ ਆਇਆ, ਕਹਿੰਦਾ ਜੀਦੇ ਨੂੰ ਮੈਂ ਸਾਹਿਬਜ਼ਾਦਿਆਂ ਦੇ ਸਰੀਰਾਂ ਦਾ ਸੰਸਕਾਰ ਕਰਨਾ। ਉਹ ਸੇਠ ਟੋਡਰ ਮੱਲ, ਮਾਇਆ ਤੇਰੇ ਕੋਲ ਬੜੀ ਹੈ। ਵਜੀਦੇ ਨੇ ਆਖਿਆ, ਤੂੰ ਜੇ ਸਰੀਰਾਂ ਦਾ ਸੰਸਕਾਰ ਕਰਨਾ, ਮਾਇਆ ਦੇ ਮੈਨੂੰ ਜਿਹੜੀ ਧਰਤੀ ਖਰੀਦਣੀ ਹੈ, ਮੋਹਰਾਂ ਵਿਛਾ ਉਹ ਜਗ੍ਹਾ ਤੇ, ਮੋਹਰਾਂ ਵਿਛਾ ਕੇ ਫਿਰ ਧਰਤੀ ਖਰੀਦ ਤੇ ਫਿਰ ਉੱਥੇ ਸਭ ਜਣਿਆਂ ਦੇ ਸਰੀਰਾਂ ਦਾ ਸੰਸਕਾਰ ਹੋਊ। ਇੰਨੀ ਗੱਲ ਆਖੀ ਸੇਠ ਟੋਡਰ ਮੱਲ ਨੇ ਸਾਰੀ ਜ਼ਿੰਦਗੀ ਦੀ ਕਮਾਈ ਜੇ ਸੀ ਉਸ ਜ਼ਮੀਨ ਲੈਣ ਤੇ ਖਰਚ ਕਰ ਦਿੱਤੀ, ਸਾਰੀ ਜ਼ਿੰਦਗੀ ਦੀ ਕਮਾਈ ਮੋਹਰਾਂ ਵਿਛਾ ਕੇ ਜਗ੍ਹਾ ਲਈ, ਜਗ੍ਹਾ ਤੇ ਲੈ ਲਈ, ਪਰ ਸਰੀਰ ਚੁੱਕਣ ਵਾਸਤੇ ਕੋਈ ਤਿਆਰ ਨਾ ਹੋਇਆ। ਹੁਣ ਸਰੀਰ ਤੇ ਤਿੰਨ, ਤੇ ਚੁੱਕਣ ਵਾਸਤੇ ਤੇ ਬੰਦੇ ਚਾਹੀਦੇ ਹੈ ਤਿੰਨ, ਜੇ ਤਿੰਨ
ਵਾਸਤੇ 12 ਬੰਦੇ ਚਾਹੀਦੇ ਸੀ, ਚਾਰ ਚਾਰ ਜਣੇ ਚੁੱਕਦੇ ਨੇ, 12 ਬੰਦੇ ਚਾਹੀਦੇ ਸੀ, ਬੰਦਾ ਵੀ ਤਿਆਰ ਨਹੀਂ, ਆਵਾਜ਼ ਮਾਰ ਹੱਥ ਜੋੜਦਾ ਕੋਈ ਤੇ ਆਓ, ਤਾਂ ਜਾਂਦੇ ਨੇ ਸਰੀਰਾਂ ਦਾ ਸਤਿਕਾਰ ਕਰੀਏ, ਕੋਈ ਤਿਆਰ ਨਾ ਹੋ, ਕਦੀ ਨਹੀਂ ਕੁਰਬਾਨੀ ਉਹਨਾਂ ਦੀ ਯਾਦ ਕੀਤੀ। ਸਾਧ ਸੰਗਤ ਜੀ, ਜਦੋਂ ਕੋਈ ਨਾਮ ਮੰਨਿਆ ਤੇ ਇਹਨੇ ਆਪਣਾ ਘਰ ਸੀ ਇਹਦਾ ਉਹ ਵੀ ਵੇਚ ਦਿੱਤਾ, ਘਰ ਵੇਚ ਕੇ ਚਾਰ ਮਜ਼ਦੂਰ, ਬਹੁਤ ਉਹਨਾਂ ਨੂੰ ਪੈਸਾ ਦਿੱਤਾ, ਚਾਰ ਮਜ਼ਦੂਰ ਮਿਲੇ, ਸਿਰਫ ਚਾਰ। ਸੇਠ ਟੋਡਰਮੱਲ ਨੇ ਸਾਹਿਬਜ਼ਾਦ ਜ਼ੋਰਾਵਰ ਸਿੰਘ ਦਾ ਸਰੀਰ ਕਲੇ ਚ ਗਿਆ ਸੀ, ਤੇ ਸਾਹਿਬਜ਼ਾਦਾ ਫਤਿਹ ਸਿੰਘ ਦਾ ਸਰੀਰ ਸੇਠ ਦੋਨਾਂ ਨੇ ਸਰੀਰ ਚੁੱਕੇ ਲੈ ਸੀ, ਨਾਰਾ ਕਰੇ ਕਿਸ ਦਾ ਪੁੱਤਰ ਹੋਵੇ, ਮਗਰ 40-50 ਬੰਦੇ ਤੇ ਹੁੰਦੇ ਨੇ, 40-50 ਬੰਦੇ ਦੇ ਨੇ, ਕਈ ਦਾ ਚਲੋ ਚੱਲੀਏ ਬੰਦਾ ਸੰਸਕਾਰ ਕਰਾਈਏ ਦੇ ਪੁੱਤਰ ਦਾ ਨਾਲ ਚੱਲੋ, ਉਹ ਸਾਧ ਸੰਗਤ ਜੀ ਕਿਸੇ ਦਾ ਪੁੱਤਰ ਚਲਿਆ ਜਾਵੇ, 40-50 ਬੰਦੇ ਨਾਲ ਜ਼ਰੂਰ ਤੁਰਦੇ ਨੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਛੱਡਿਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਜਾ ਰਹੇ ਨੇ, ਉਹ ਗੁਰੂ ਦੇ ਦੋ ਸਾਹਿਬਜ਼ਾਦੇ ਸਰੀਰ ਕਰ ਰਹੇ ਨੇ, ਮਾਤਾ ਗੁਜਰ ਕੌਰ ਜੀ ਦੇ ਮਾਤਾ ਜੀ ਜਾ ਰਹੇ ਨੇ, ਪਰ ਉਸ ਸਮੇਂ ਕੀਤੀ ਗਈ ਕੁਰਬਾਨੀ, ਅਸੀਂ ਜੀ ਫਲਾਣੇ ਥਾਂ ਤੇ ਜਾਣੇ, ਚੱਪਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਗੱਲ ਕਹਿਣ ਤੋਂ ਪਹਿਲਾਂ, ਰੱਬ ਦਾ ਇਤਿਹਾਸ ਸਾਡਾ। ਸਾਧ ਸੰਗਤ ਜੀ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਰ ਦਰ ਛੱਡ ਕੇ ਥਾਂ ਥਾਂ ਤੇ ਭਟਕਨੇ ਆ ਨਾ, ਜਿਹੜੇ ਅੱਗੇ ਜਾ ਕੇ ਵੀ ਕਿਤੇ ਥਾਂ ਨਹੀਂ ਮਿਲਣਾ, ਪੜ੍ਹ ਲਓ, ਕੋਈ ਇੱਥੇ ਮਰੀ ਆਵੇ ਜਿੱਥੇ ਮਰੀ ਧੱਕੇ ਖਾਵੇ, ਸਾਨੂੰ ਕਿਹਾ ਪਰ ਸਿੱਖ ਹੋ ਕੇ ਸਿੱਖ ਬਣੋ, ਅੰਮ੍ਰਿਤਧਾਰੀ ਹੋਵੋ, ਸ੍ਰੀ ਸਾਹਿਬ ਪਾਓ, ਪੰਜ ਕਕਾਰ ਪਾਓ, ਥਾਂ ਥਾਂ ਤੇ ਨਾ ਭਟਕੋ। ਗੁਰੂ ਕੇ ਸਾਹਿਬਜ਼ਾਦੇ ਗਏ ਤੇ ਸਾਧ ਸੰਗਤ ਜੀ, ਮਗਰ ਇੱਕ ਕੌਰ ਦੀ ਗੜੀ ਵਿੱਚ ਸਤਿਗੁਰਾਂ ਨੇ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਤੋਰ ਦਿੱਤਾ, ਦੋ ਰਹਿ ਗਏ ਸੀ ਛੋਟੇ, ਨੂਰੇ ਮਾਹੀ ਨੂੰ ਭੇਜਿਆ ਰਾਏ ਕੱਲੇ ਦੇ ਕੋਲ, ਰਾਏਕੋਟ ਦੀ ਧਰਤੀ ਤੇ ਮਰਜ ਬੈਠੇ ਸੀ, ਛੋਟੇ ਬੱਚਿਆਂ ਦੀ ਖਬਰ ਲੈ ਕੇ ਆ ਸੰਗਤ, ਨੂਰਾ ਮਾਹੀ ਤੁਰਿਆ, ਜਦੋਂ ਸਰਹੰਦ ਗਿਆ ਫਤਿਹਗੜ੍ਹ ਸਾਹਿਬ ਲੱਗਿਆ ਪਤਾ, ਵਾਪਸ ਆਇਆ ਅੱਖਾਂ ਚੋਂ ਪਾਣੀ, ਗਲਾ ਰੁਕ ਗਿਆ, ਬੋਲਿਆ ਨਹੀਂ ਜਾਂਦਾ। ਨੂਰੇ ਮਾਹੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ ਨੇ, ਨੂਰਿਆ ਦੱਸਦਾ ਕਿਉਂ ਨਹੀਂ, ਛੋਟੇ ਬੱਚਿਆਂ ਦਾ ਹਾਲ ਸੁਣਾ। ਨੂਰਾ ਮਾਹੀ ਪਤਾ ਕੀ ਕਹਿੰਦਾ, ਸੱਚੇ ਪਾਤਸ਼ਾਹ ਕੀ ਦੱਸਾਂ, ਮੇਰੇ ਤੋਂ ਦੱਸਿਆ ਨਹੀਂ ਜਾਂਦਾ। ਮਾਰੇ ਕਹਿਣ ਲੱਗੇ, ਨੂਰਿਆ ਦੱਸ, ਦੂਜਿਆਂ ਦਾ ਸੁਨੇਹਾ ਹੁਣ ਆਇਆ, ਨੂਰਿਆ ਤੂੰ ਦੱਸ ਫਤਿਹਗੜ੍ਹ ਸੰਦ ਫਸਲ ਦੀ ਧਰਤੀ ਤੇ ਗਿਆ, ਦੱਸ ਤੇ ਸਹੀ ਫਿਰ, ਤਾਂ ਛੋਟੇ ਸਾਹਿਬਜ਼ਾਦਿਆਂ ਦਾ ਕੀ ਹਾਲ ਹੈ, ਐ ਸੱਚੇ ਪਾਤਸ਼ਾਹ ਮੈਥੋਂ ਹਾਲ ਦੱਸਿਆ ਨਾ ਜਾਵੇ, ਗੁਰੂ ਜੀ ਤੇਰੇ ਨਾਲ ਨਾ ਜਾ, ਮੈਥੋਂ ਹਾਲ ਦੱਸਿਆ ਨਾ ਜਾਵੇ, ਗੁਰੂ ਜੀ ਤੇਰੇ ਨਾਲ ਨਾ ਸੋਹਣੇ ਲਾਲਾ ਨੂੰ
ਸੁਨੇਹਾ ਦਿੱਤਾ, ਆ ਕੇ ਖਬਰ ਦੇਤੀ, ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਮੇਂ ਇਹ ਨਹੀਂ ਆਖਿਆ, ਦੋ ਸਾਹਿਬਜ਼ਾਦੇ ਸਾਧ ਸੰਗਤ ਜੀ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਸੀ, ਤੇ ਦੂਜਿਆਂ ਦੀ ਖਬਰ ਆ ਗਈ, ਸੁਨੇਹਾ ਆ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਸ ਸਮੇਂ ਅੱਖਾਂ ਚੋਂ ਪਾਣੀ ਨੀ, ਪੁੱਤਰ ਫਾੜ ਕੇ ਕਲ ਗਿਆ ਵਾਲੇ ਨੇ, ਇੱਕ ਵੀ ਨਾ ਹੰਝੂ ਤੇਰਿਆ, ਪੁੱਤਰ ਫਾੜ ਕੇ ਕਲ ਗਿਆ ਵਾਲੇ ਨੇ, ਇੱਕ ਵੀ ਨਾ ਹੰਝੂ ਤੇਰਿਆ, ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ, ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ, ਕਾਗਜ ਕਲਮ ਤੋਂ ਤੇਰਾ ਆਕਾਰ ਵੱਡਾ, ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ, ਤੇਰੇ ਗੁਣਾਂ ਦਾ ਚੋਜੀ ਭੰਡਾ, ਤੇਰੀ ਧਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ, ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ, ਲੱਥਣਾ ਖਾਲਸੇ ਤੋਂ ਹੋ ਜੁਗਾ ਜੁਗਾ ਨਾ ਲੱਥਣਾ ਖਾਲਸੇ ਤੋਂ, ਸਿੱਖ ਕੌਮ ਤੇ ਤੇਰਾ ਉਹਦਾ ਵੱਡਾ, ਤਨ ਜਿਗਰਾ ਕਲਗੀਆਂ ਵਾਲੇ ਦਾ।
ਨਸ਼ੇ ਦੀਆਂ ਬਹਾਰਾਂ ਨੂੰ ਫੁੱਸਣ ਦਿੱਤਾ ਤੇ ਭਾਵੇਂ ਆਪਣੇ ਬਾਗ ਵਰਾਨ ਹੋ ਗਏ ਹੱਥੀਂ ਛਾਵਾਂ ਕੀਤੀਆਂ ਲੱਖਾਂ ਪੁੱਤਰਾਂ ਨੂੰ ਤੇ ਆਪਣੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ ਤਨ ਜਿਗਰਾ ਕਲਗੀਆਂ ਵਾਲੇ ਜਿਗਰਾ ਬਾਜਾਂ ਵਾਲੇ ਜਿਗਰਾ ਸੀ ਆਪਣੇ ਚਾਰੇ ਸਾਹਿਬਜ਼ਾਦੇ ਸਤਿਗੁਰਾਂ ਨੇ ਉਹ ਸਾਡੇ ਵਾਸਤੇ ਕੁਰਬਾਨ ਕਰ ਦਿੱਤੇ ਜਿੱਥੇ ਫਿਰਦੇ ਉਹ ਕਦੀ ਕੁਰਬਾਨੀ ਵੇਖੋ ਜਿੱਥੇ ਜਾਂਦੇ ਆ ਉਹਨਾਂ ਦਾ ਇਤਿਹਾਸ ਕੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦੁਨੀਆਂ ਵਿੱਚ ਨਾ ਕੋਈ ਹੋਇਆ ਤੇ ਨਾ ਕੋਈ ਬੋਲ ਪਾਓ ਨਾ ਕੋਈ ਹੋਇਆ ਤੇ ਨਾ ਕੋਈ ਮਹਾਰਾਜ ਵਰਗਾ ਨਹੀਂ ਕੋਈ ਹੋਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਧਰਮ ਤੁਮਾਰੇ ਉਹ ਤਾਈਓ ਕਲ
ਕਿਉਂ ਵਾਲਿਆ ਤੈਨੂੰ ਧੰਨਵਾਦ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰ ਗੋਬਿੰਦ ਅਖਵਾਇਆ ਦੇ ਕੇ ਪਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਦਿੱਲੀ ਦੇ ਵੱਲ ਪਿਤਾ ਤੋਰ ਕੇ ਡੁੱਬਦਾ ਧਰਮ ਬਚਾਇਆ ਤਾਹੀਓ ਕਲਗੀਆਂ ਸੀਸ ਉਹ ਐਡੇ ਵੱਡੇ ਸਤਿਗੁਰੂ ਐਡੀ ਵੱਡੀ ਕੁਰਬਾਨੀ ਮਾਰ ਵਰਗਾ ਤਿਆਗੀ ਵੀ ਕੋਈ ਨੀ ਦਾਨੀ ਕੋਈ ਨੀ ਲਿਖਾਈ ਕੋਈ ਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜਾ ਗੁਰੂ ਗੋਬਿੰਦ ਸਤਿਗੁਰੂ ਜਿਨ੍ਹਾਂ ਦੀ ਖੁਸ਼ੀ ਲੈਣੀ ਹੈ ਤੇ ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਮਨ ਬਣਾਇਓ ਜਿਨ੍ਹਾਂ ਦਾ ਪਿਆਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸਿੱਖੀ ਨਾਲ ਨਾਲ ਉਹ ਅੰਮ੍ਰਿਤ ਛਕ ਕਰਨੀ ਤੇ ਸੁੱਖ ਵਿੱਚ ਹੀ ਸਹਾਇਤਾ ਕਰਨੀ ਹੈ ਸਾਧ ਸੰਗਤ ਜੀ ਜੇ ਸਾਡੇ ਘਰ ਵਿੱਚ ਕੋਈ ਦੁੱਖ ਹੋਵੇ ਤੇ ਤਾਂ ਵੀ ਆਖੀ ਦਾ ਲਓ ਬਈ ਹੁਣ ਸਹਿਜ ਪਾਠ ਕਰਾਉਣਾ ਪੈਣਾ ਬਾਪੂ ਚੱਲ ਜੇ ਕੋਈ ਚੱਲ ਜੇ ਸਾਡੇ ਪਰਿਵਾਰ ਵਿੱਚੋਂ ਸਹਿਜ ਪਾਠ ਕਰਾਵਾਂਗੇ ਖੰਡ ਪਾਠ ਕਰਾਵਾਂਗੇ ਤੇ ਲਾਵਾਂਗੇ ਕਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੁੱਖ ਹੋਵੇ ਤਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਉਣਾ ਦੁੱਖ ਹੋਵੇ ਤਾਂ ਵੀ ਗੁਰੂ ਆਉਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਹਾਰਾਜ ਨੇ ਆਉਣਾ ਹੈ ਜਦੋਂ ਅਸੀਂ ਲਿਆਉਣਾ ਮਹਾਰਾਜ ਨੂੰ ਲਿਆਉਣਾ ਤੇ ਫਿਰ ਲੜ ਕਿਉਂ ਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੱਗਦੇ ਲੜ ਆਪਾਂ ਹੋਰ ਦੇ ਇਹ ਗੱਲ ਨਹੀਂ ਬਣਦੀ ਲੜ ਤੁਰੇ ਕਿਤੇ ਹੋਰ ਫਿਰੀਏ ਤੇ ਆਵੇ ਕੋਈ ਹੋਰ ਇੱਕ ਗੱਲ ਤੇ ਨਾ ਨਾ ਬਣੀ ਫਿਰ ਇਹ ਤੇ ਸਾਡਾ ਪਿਆਰ ਕਿਹੋ ਜਿਹਾ ਹੋ ਗਿਆ ਜਿਨ ਮਨ ਹੋਰ ਮੁੱਖ ਹੋਰ ਸਿਕੰਡੇ ਇਹ ਗੱਲ ਨਾ ਬਣੀ ਉਹ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੁੱਖਾਂ ਸੁੱਖਾਂ ਵਿੱਚ ਆਉਣਾ ਹੈ ਤੇ ਫਿਰ ਉਸੇ ਗੁਰੂ ਦੇ ਲੜ ਲੱਗੋ ਹਾਂ ਕਿਉਂ ਦਰ ਦਰ ਤੇ ਭਟਕਣਾ ਕਿਉਂ ਦਰ ਦਰ ਤੇ ਫਿਰਨਾ ਇਸੇ ਕਰਕੇ ਅਮਰ ਦਾ ਬਾਟਾ ਕੱਲ ਨੂੰ ਤਿਆਰ ਹੋਵੇਗਾ ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ ਅੰਡੇ ਵਾਲਾ ਅੰਮ੍ਰਿਤ ਪੀ ਅੰਡੇ ਵਾਲਾ ਅੰਮ੍ਰਿਤ ਪੀ ਕੁੱਟ ਪਰਿਆਂ ਤੋਂ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਬਾਟੇ ਵਿੱਚ ਕੀ ਸੰਤੇ ਪਤਾ ਨਹੀਂ ਬਾਟੇ ਵਿੱਚ ਕੀ ਕੁੱਟ ਪਰਿਆਂ ਤੋਂ ਅੱਖਾਂ ਖੁੱਲ ਪਰਵਾਨ ਬੁਰਾ ਸਾਡੇ ਮਾਰਿਆ ਇੱਕ ਵੀ ਨਾ ਰੱਖਿਆ ਜੀ ਨੀ ਸੰਗਤੇ ਇੱਕ ਵੀ ਨਾ ਰੱਖਿਆ ਜੀ ਸਾਰਾ ਬੁਰਾ ਸਾਡੇ ਮਾਰਿਆ ਸਾਰਾ ਪਰਿਵਾਰ ਬੁਰਾ ਸਾਡੇ ਸਾਧ ਸੰਗਤ ਜੀ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ
ਜੇ ਤੂੰ ਪੰਸਾ ਗੁਰ ਨੂੰ ਤਰਨਾ ਪੀ ਲੈ ਬਹੁਲ ਖੰਡੇ ਧਾਰ ਪੰਸਾ ਗੁਰ ਨੂੰ ਤਰਨਾ ਪੀ ਲੈ ਬਹੁਲ ਖੰਡੇ ਧਾਰ ਪੰਸਾ ਗੁਰ ਨੂੰ ਤਰਨਾ ਪੀ ਲੈ ਜੇ ਤੂੰ ਪੰਸਾ ਗੁਰ ਨੂੰ ਤਰਨਾ ਪੀ ਲੈ ਬਹੁਲ ਸਾਗਰ ਨੂੰ ਤਰਨਾ ਪੀ ਲੈ ਬਹੁਲ ਖੰਡੇ ਸਾਹਿਬ ਜਾਦਿਆਂ ਦੀ ਉੱਥੇ ਉਹ ਕੰਧ ਪੂਜਣ ਯੋਗ ਹੈ। ਹੋਰ ਆਪਣੀਆਂ ਹੀ ਕੰਧਾਂ ਬਣਾ ਕੇ ਜਿਹੜੀਆਂ ਨੂੰ ਪੂਜਣੇ ਆ ਨਾ, ਉੱਥੇ ਸੀਮੈਂਟ ਮਿਲ ਜੂ, ਇੱਟਾਂ ਮਿਲ ਜਾਣਗੀਆਂ, ਬਾਬਾ ਨੀ ਉਹਦੇ ਵਿੱਚ ਮੁੱਲ ਲੈ ਕੇ ਪੈ ਜਾਂਦਾ। ਉਹ ਕੰਧਾਂ ਜਿਹੜੀਆਂ ਬਣਾ ਲਈਆਂ ਉਹਨੂੰ ਮੱਥਾ ਟੇਕੀ ਜਾਂਦੇ ਆ। ਉਹ ਕੰਧ ਕਿਹੜੀ ਪੂਜਣ ਯੋਗ ਹੈ? ਜਿਹੜੀ ਕੰਧ ਨੂੰ ਪੂਜਣਾ ਸੀ ਉਹਨੂੰ ਪੂਜਦੇ ਨੀ, ਆਪਣੀ ਹੀ ਬਣਾ ਬਣਾ ਮੱਥੇ ਟੇਕੀ ਜਾਂਦੇ। ਸਾਧ ਸੰਗਤ ਉੱਥੇ ਜਾਓ ਸਾਹਿਬਜ਼ਾਦਿਆਂ ਦੇ ਚਰਨਾਂ 'ਚ। ਤੁਹਾਡੇ ਵਰਗੇ ਅਸੀਂ ਬਣ ਤੇ ਨਹੀਂ ਸਕਦੇ, ਪਰ ਤੁਹਾਡੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦਾ ਯਤਨ ਜ਼ਰੂਰ ਕਰਾਂਗੇ। ਇਹੀ ਭਾਵਨਾ, ਇਹੀ ਮਨ ਵਿੱਚ ਸ਼ਰਧਾ ਸਤਿਕਾਰ ਲੈ ਕੇ ਜਾਣਾ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਪੱਲੇ ਬੰਨ ਕੇ ਲਜਾਇਓ ਭਾਈ, ਜ਼ਰੂਰ ਬੇਨਤੀਆਂ ਪ੍ਰਵਾਨ ਕਰਿਓ। ਕੱਲ ਦਾ ਤੁਹਾਡਾ ਦੀਵਾਨ ਬਾਕੀ ਹੈ, ਅੱਜ ਵਾਂਗੂ ਵੇਲੇ ਨਾਲ ਆਇਓ, 1 ਵਜੇ ਪਹੁੰਚਣਾ। ਪਹਿਲਾਂ ਬਾਬਾ ਭਾਨ ਸਿੰਘ ਜੀ ਕੀਰਤਨ ਕਰਦੇ ਨੇ, ਉਹਨਾਂ ਤੋਂ ਲਾਹਾ ਲੈਣਾ। ਮੈਨੂੰ ਤੇ ਕੁਝ ਆਉਂਦਾ ਜਾਂਦਾ ਹੈ ਨਹੀਂ, ਪਰ ਜੋ ਸਮਾਂ ਹੈ ਉਸ ਸਮੇਂ ਸਮੇਂ ਸਿਰ ਆਪ ਜੀ ਦੇ ਚਰਨਾਂ 'ਚ ਕੱਲ ਨੂੰ ਫਿਰ ਸਤਿਗੁਰ ਕਿਰਪਾ ਕਰਨ ਹਾਜ਼ਰੀ ਭਰਾਂਗਾ। ਸਾਰੀ ਸੰਗਤ ਨੇ ਪਹੁੰਚਣਾ, ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਅੱਗੇ ਤੋਂ ਸਮਾਂ ਮਿਲਦਾ ਰਹੇ। ਕੱਲ ਦੇ ਦੀਵਾਨ 'ਚ ਹਾਜ਼ਰੀ ਭਰੋ। ਇਹ ਕਿਰਪਾ ਕੀਤੀ ਸਤਿਗੁਰਾਂ ਨੇ, ਸਤ ਸੰਗਤ ਦਾ ਅਮੋਲਕ ਸਮਾਂ ਮਿਲਿਆ। ਸਾਧ ਸੰਗਤ ਜੀ, ਪਾਰ ਉਤਾਰਾ ਹੋਣਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਹੋਣਾ। ਉਹ ਤਾਰ ਦੇਣਗੇ ਤਾਰਨ ਹਾਰ ਪਾਤਸ਼ਾਹ, ਤਾਰ ਦੇਣਗੇ ਹਾਰ ਪਾਤਸ਼ਾਹ, ਬੇਨਤੀ ਹੈ ਬਈ ਮਹਾਰਾਜ ਦੇ ਸਰੂਪ ਜਾਣਗੇ ਬਾਅਦ 'ਚ ਜਾਣਾ, ਪਹਿਲਾਂ ਨਹੀਂ ਉੱਠ ਕੇ ਜਾਣਾ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਮੁੱਖ ਰੱਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਿੱਟ ਦੇ ਕੇ ਨਹੀਂ ਜਾਣਾ, ਮਹਾਰਾਜ ਦੇ ਸਰੂਪ ਜਾਣਗੇ ਬਾਅਦ 'ਚ ਜਾਣਾ। ਸਾਰੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ, 5-4 ਮਿੰਟ ਵਿੱਚ ਸਮਾਪਤੀ ਹੋ ਜਾਣੀ ਹੈ। ਮਹਾਰਾਜ ਦੇ ਮਗਰ ਮਗਰ ਵਾਹਿਗੁਰੂ ਵਾਹਿਗੁਰੂ ਜਾਪ ਕਰਦੇ ਹੋਏ ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਮਾਰਨੇ ਨੇ। ਤਾਰਨ ਹਾਰ ਪਾਤਸ਼ਾਹ, ਤਾਰਨ ਹਾਰ ਪਾਤਸ਼ਾਹ, ਤਾਰ ਦੇਣਗੇ ਤਾਰਨ ਹਾਰ ਪਾਤਸ਼ਾਹ।
ਗ੍ਰੰਥ ਸਾਹਿਬ ਤੇਰੀ ਜੈ ਹੋਵੇ, ਗ੍ਰੰਥ ਸਾਹਿਬ ਤੇਰੀ ਜੈ ਹੋਵੇ, ਗ੍ਰੰਥ ਸਾਹਿਬ ਤੇਰੀ ਜੈ ਹੋਵੇ। ਕੋਈ ਕਿਸੇ ਦੀ ਜੈ ਕਰਦਾ, ਕੋਈ ਕਿਸੇ ਦੀ ਜੈ ਕਰਦਾ, ਤੇ ਆਪਾਂ ਕਿਹਦੀ ਕਰਨੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਤੈਨੂੰ ਪੂਜੇ ਦੁਨੀਆ ਸਾਰੀ, ਪੂਜੇ ਦੁਨੀਆ ਸਾਰੀ, ਗੁਰੂ ਗ੍ਰੰਥ ਸਾਹਿਬ ਤੇਰੀ ਜੈ ਹੋਵੇ, ਗੁਰੂ ਗ੍ਰੰਥ ਬਿਮਾਰੀ ਦੂਜੇ ਗ੍ਰੰਥ ਸਾਹਿਬ ਤੇਰੀ ਆਈ ਤੇਰੀ ਜੈ ਹੋਵੇ, ਗੁਰੂ ਗ੍ਰੰਥ ਸਾਹਿਬ ਤੇਰੀ ਜੈ ਹੋਵੇ। ਆਓ ਭਾਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ 10 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਿਓ, ਕੇਸੀ ਇਸ਼ਨਾਨ ਕਰਕੇ ਆਉਣਾ, 5 ਕਕਾਰ ਸਾਫ ਵਸਤਰ ਨਵੇਂ ਜਾਂ ਸਾਫ ਪਾ ਕੇ ਪਹੁੰਚਣਾ ਹੈ। ਵੱਧ ਤੋਂ ਵੱਧ ਨਾਮ ਲਿਖਾਓ, ਜਿਨ੍ਹਾਂ ਨੇ ਨਹੀਂ ਵੀ ਲਿਖਾਏ ਉਹ ਵੀ ਪਹੁੰਚ ਜਿਓ, ਬੀਬੀਆਂ ਭੈਣਾਂ ਮਾਤਾਵਾਂ ਵੀਰ ਬੱਚੇ ਬਜ਼ੁਰਗ। ਨਾਨਕ ਤੇ